ਆਸ਼ੂ ਤੈਨੂੰ ਆਸ਼ੂ ਆਵਾਜ਼ ਆਉਂਦੀ ਵੀ? ਆਸ਼ੂ ਫਿਰ ਡਿਸਕਨੈਕਟ ਹੋ ਗਈ। ਉਹ ਯਾਰ ਇਹਦੇ ਨਾਲ ਪ੍ਰੋਬਲਮ ਆਈ ਵੀ, ਮੈਨੂੰ ਲੱਗਦਾ ਤੇ ਗਲਿਚ ਆ ਗਿਆ ਕੋਈ ਤਕੜਾ। ਜੀਓ ਤਾਂ ਚਲਾਉਂਦੇ? ਜੀਓ ਦਾ ਨਹੀਂ, VPN ਨਹੀਂ ਲਾਉਂਦੀ, ਇਹਦੇ ਘਰ ਵਾਈਫਾਈ ਲੱਗਾ ਉਦਾਂ ਦਾ। ਜੇ ਜੀਓ ਆ ਫਿਰ 1v1 ਲਾਉਣਾ ਪੈਣਾ, ਉਸ ਤੋਂ ਬਿਨਾਂ ਨਹੀਂ ਆਵਾਜ਼ ਆਉਂਦੀ। ਨਹੀਂ ਯਾਰ ਇੱਕ ਮਿੰਟ, ਇਹਨੂੰ ਮੈਸੇਜ ਕਰੂੰਗਾ ਕੋਈ, ਮੈਨੂੰ ਕਰਨੇ ਨਹੀਂ ਆਉਂਦੇ ਮੈਸੇਜ। ਆ ਗਈ ਆਵਾਜ਼ ਭਾਜੀ, ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਆਵਾਜ਼ ਆ ਗਈ। ਚਲੋ ਵਧੀਆ ਹੈ। ਤੂੰ ਪਗਾ ਇੱਕ ਮਿੰਟ। ਵਧੀਆ ਹੈ। ਓਏ ਤੀਜਾ ਨੰਬਰ ਕੌਣ ਆ? ਮੋਬਲ ਆਈਡੀ ਲੌਗਇਨ ਨਹੀਂ ਹੁੰਦੀ ਵੀ। ਓਏ ਪਿਛਲੇ ਵਾਲਾ ਬੰਦਾ ਮੇਰਾ, ਇਹ ਵੀ ਦੋਸਤੀ ਹੈ। 07 ਹੁਸ਼ਿਆਰਪੁਰੀਆ? ਨਹੀਂ ਭਾਜੀ। ਫੇਰ ਠੀਕ ਆ, ਹੁਸ਼ਿਆਰਪੁਰ ਦੇ ਬੰਦੇ ਨਾਲ ਅਸੀਂ ਖੇਡਦੇ ਨਹੀਂ। ਅਸੀਂ ਬੋਲ ਐਂਸਿਡ ਮਾਰਨਾ ਪੈਣਾ ਫੇਰ ਫੇਰ ਤੂੰ, ਤੈਨੂੰ ਮਾਰ ਨਹੀਂ ਹੈਗਾ ਹੁਸ਼ਿਆਰਪੁਰੀਆ ਹੁਣ ਤੇ? ਤੂੰ ਕਹਿੰਦਾ ਨਹੀਂ ਹੁਸ਼ਿਆਰਪੁਰ ਤੋਂ ਨਹੀਂ ਆ ਮੈਂ। ਯਾਰ ਕਿੱਦਾਂ ਦੀਆਂ ਗੱਲਾਂ ਕਰਦੇ ਵੀ ਜਾਂਦੀ ਆ ਕਈ ਗੱਲ, ਨਹੀਂ ਹੁੰਦੀ ਮੇਰੀ ਵੀ ਨੀ ਹੁੰਦੀ। ਮੈਂ ਕਰੂੰਗਾ ਕੋਈ ਨੀ, ਕੱਲ ਆਵੇ ਮੈਂ ਸਵੇਰੇ ਡਾਊਨਲੋਡ ਕਰਨਾ ਫੇ। ਹਾਂ ਕਰ ਲੈ। ਜਾਣਾ ਕਿੱਥੇ ਆ? ਜਿੱਥੇ ਜੋਰਜੀ ਚੱਲ ਚੱਲ ਜੋਰਜੀ ਚੱਲ ਜੋਰਜੀ ਲਾ ਲਈ। ਆਸ਼ੂ ਨੂੰ ਹੁਣ ਆਵਾਜ਼ ਆ ਰਹੀ? ਆਸ਼ੂ ਤੋਂ ਲਾਗੇ ਲਾਗੇ ਰਹੀ। ਉਹ ਯਾਰ ਭੈਣ ਚੋ ਉਹ ਟੀਮ ਨਾ ਨੂਬੜੀ ਸੀਗੀ ਯਾਰ ਪਿਛਲੀ ਵੀ, ਬਹੁਤੀ ਵਧੀਆ ਟੀਮ ਨਹੀਂ ਸੀਗੀ ਉਹ। ਸਾਲਾ ਕਹਿ ਲਓ ਕਿ ਭੈਣ ਚੋ ਮੇਰੇ ਵੀ ਗਲਿਚ ਆ ਗਿਆ। ਇੰਸਟਾ ਤੇ ਗੱਲ ਕਰ ਲਿਆ, ਉਹ ਚਾਹੀ ਨੀ ਆਉਂਦੀ ਵੀ ਖੇਡਣ, ਕਹਿੰਦੀ ਇੰਸਟਾ ਤੇ ਗੱਲ ਕਰੋ ਮੇਰੇ ਨਾਲ। ਨਹੀਂ ਕੀਤਾ ਸੀ, ਭਰਾ ਦਾ ਵਿਆਹ ਖਾ ਰਹੀ ਹੈ ਭੈਣ ਸਮੋਸੇ ਸਾਲਾ, ਵਿਆਹ ਹੀ ਨਹੀਂ ਮੁੱਕਿਆ ਹਲੇ ਤਾਂ। ਪਰ ਆਸ਼ੂ ਗਈ, ਆਸ਼ੂ ਗਈ ਇੱਧਰ ਹੀ ਰਹੀਓ, ਇੱਧਰ ਹੀ ਰਹੀਓ। ਚਲ ਚਲ ਅਰੇ ਇੱਧਰ ਬੰਦਾ ਸਾਡਾ ਕੁੱਤ, ਫਾਇਰ ਵਾਈਵ ਕਰੋ। ਕਿੱਥੇ ਆਸ਼ੂ? ਯਾਰ ਸਕਾਰ ਲੈਣ ਦਿਓ ਸਾਲਿਓ। ਆਸ਼ੂ ਕਿੱਥੇ ਆ? ਅੰਦਰ ਰਿਵਾਈਵ ਕਰਦਾ ਪਿਆ ਮੁੰਡਾ। ਵੈਰੀ ਗੁੱਡ। ਦੱਸ ਖਾ ਤੂੰ ਆਵੇਂ ਰਿਵਾਈਵ ਕਰਦਾ ਪਿਆ ਆਸ਼ੂ ਤੈਨੂੰ ਕੋਈ? ਅੰਦਰ ਜਾ ਕੇ ਪਹਿਲੇ ਹੈਲਥ ਲਾ ਲੈ। ਬਲੀ ਬੜਾ ਤੇਜ਼ ਆ ਯਾਰ, ਮੈਂ ਚੱਕਣੀ ਸੀ ਉਹਦੀ। ਅਜੂ ਇੱਕ ਬੰਦਾ ਮਾਰਿਆ ਉੱਥੇ, ਉਹਦੇ ਕੋਲ ਪੀਪੀ ਪਈ ਆ ਮੇਰੇ ਕੋਲ ਭੈਣ ਚੋ, ਗਾਨੇ ਕੀ ਸਾਲੀਆਂ ਗੋਲੀਆਂ। ਉਹ ਭੈਣ ਦੀ ਜਾਵੇ ਉਹ ਉਹ ਇੱਧਰ ਆਓ, ਬੰਦੇ ਆ ਗਏ ਭੈਣ ਚੋ। ਉਹ ਮੇਰੇ ਵੱਲ ਆਓ, ਪਹਿਲੇ ਇੱਕ ਬੰਦਾ ਮੈਨੂੰ ਰਿਵਾਈਵ ਕਰੋ। ਆਸ਼ੂ ਤੂੰ ਆ ਮੇਰੇ ਵੱਲ, ਆਸ਼ੂ ਤੂੰ, ਮੈਨੂੰ ਆਈਡੀਆ ਵੀ ਨਹੀਂ ਯਾਰ ਬੰਦਾ ਮੇਰੇ ਉੱਤੇ, ਬਸ ਇੰਨਾ ਦੱਸ ਦਿੰਦਾ 99 ਤੇ ਆ ਕਿਤੇ, ਐਨੀ ਤੇ ਸੋਰੀ ਦੂਰੋਂ ਪਈਆਂ ਭਾਜੀ, ਬਹੁਤ ਦੂਰੋਂ ਪਈਆਂ, ਬਹੁਤ ਦੂਰੋਂ ਪਈਆਂ। ਹੈਲਥ ਦਿਓ ਯਾਰ, ਕੋਈ ਹੈਲਥ ਦੇ ਦਿਓ। ਹੈਲਥ ਹੈਗੀ ਤਾਂ ਮੇਰੇ ਕੋਲ ਇੱਕ ਵੀ, ਮੇਰੇ ਕੋਲ ਪੱਟੀਆਂ ਵੀ ਹੈ ਨਹੀਂ। ਹੈਲੋ ਪੰਜ ਪੰਜ ਦੇ ਹੈਲੋ ਫੋਟੋ ਬੈਂਡੇਜ ਆਈ ਦੇ ਦੇ।
आशु वाले गोलियां चक लें मेरे को पांच दियां बिंदे तो पांच दियां देती हैं फ्लेयर मंगाई उन्होंने कोई नहीं कोई नहीं मैंने यार थोड़ी जी लूट चाहिए थी आहो मैंने पता मेरे आगे बंदा मार कर सकता enemies ahead कंटेनर जाना मैं सज्जे तो चल दा नहीं नहीं एक नॉक करके जावांगे जाना चल यार वेक्टर ले मैं कुछ चाहिए थे ओ मैं इधर हां आजो यार बल्ली पीछे यार अब एक्सटेंड में अगर नॉक बहुत होने जैसा मादी चलो वो तो दे एरी एमओ दे दे दिया ਕੋਂ ਗਏ ਸਾਹ ਦਾ ਰਸ ਹੈਲਸਕੇਟ ਕੀ ਓਏ ਬੋਟ ਓਏ ਬੰਦਾ ਬੰਦਾ ਬਿਲਡਿੰਗ ਉੱਤੇ ਚੜਦਾ ਪਿਆ ਵੱਡੀ ਵਾਲੀ ਉੱਤੇ ਹੈਲਸਕੇਟ ਰਹਿੰਦੇ ਆ ਲਾਲਾ ਹੈਲਸਕੇਟ ਮੈਨੂੰ ਦੇ ਦੇ ਦਵਾ ਤਾਂ ਇਹਨੇ ਰਹਿ ਇੱਕ ਬੰਦਾ ਇੱਥੇ ਚੜਿਆ ਟਾਵਰ ਤੇ ਆ ਇੱਕ ਉਹ ਥੱਲੇ ਬੈਠਾ ਆ ਦੇ ਆ ਦੇ ਗੋਲੀ ਚਲਾਈ ਸਾੜ ਨੂੰ ਥੱਲੇ ਆ ਰਿਹਾ ਥੱਲੇ ਆ ਗਿਆ यार गोलियां दे दो कोई बंदा मेरे पास से बंदा ओ मेरे वाले पास से बंदा ताड़े गोलियां टेंशन ना लो ओ डैमेज आ काफी डैमेज आ इधरों आ गया मेरे यार सारे तल्ले आ गए टेंशन तो हुआ ओ यार मेनू लग गए बचे ओ यार भाई नुआ सारे बढ़िया टक्कर दे प्लेयर चलो कोई नहीं तू आ जरूरी कोई नहीं आजो जो मैं डैमेज भी नहीं आज दे सके ऐद की नहीं दिता डैमेज भैन दी है मानता मैं किसी ने चलो रेडी तो कर दो अब यार उन्हें सारे नो आंदे हो रेडी होंदे हो आशु नहीं आई आशु रेडी कर सारे थान लिविक लाउन दी आदत भैन जी टैंकर भाजी बढ़िया नहीं यार पिछो बंदे एक बंदे मेनू रश ही पसंद पर हाँ गोलियां मिलने तो बाद रश मां चो गोलियां भी ना मिल नाले ना इच ना समान नहीं मिलता यार भैन चो वधिया नेंगल चे समान बहुत है नहीं यार की कहंदी तभी तो नहीं हुंदा भाई गल पता की है कुछ क्या गल पता की है गल कुछ भी नहीं है ऐसा है कैसा है वो तेरा पैसा है मम्मा सब तो बढ़िया प्लेयर ऑफलाइन हो गया ਤੁਹਾਡਾ वो आए नाम नहीं कोई का कितने उतरना प्रिजन चल ठीक है पता एक तो मैं लिविक दिखा लो ना वार्म अप हो जाता साला टा टा ने ਹਾਂ ਜੋ ਨਾ ਚੇਂਜ ਕੀਤੀ ਆ ਤੇ ਤਾਂ ਪਾਸ ਹੋ ਗਿਆ ਆਪਣਾ ਲੱਗ ਹੋਈ ਆ ਘਰਦਿਆਂ ਤੋਂ ਮੇਰੇ ਕੋਲ ਹੈ ਹੀ ਕੁਛ ਨਹੀਂ ਪ੍ਰੈਕਟਿਸ ਸ਼ੁਰੂ ਕਰਨੀ ਹੈ ਹੈਪੀ ਫਿਰ ਤਾਂ ਬਿਲਕੁਲ ਮੈਂ ਵੀ ਯਾਰ ਤਾਂ ਹੀ ਲਾਈ ਹੁਣ ਬਗਮੀ ਆਉਣ ਵਾਲੀ ਹੁਣ ਖੇਡਿਆ ਕਰਾਂਗੇ
ਪੱਲੀ ਮੈਨੂੰ ਵੀ ਕਰਾਇਆ ਕਰੀ ਪ੍ਰੈਕਟਿਸ ਕਿਦਾਂ ਕਰੀ ਦੀ ਹੈਪੀ ਪੈਰਾਸ਼ੂਟ ਖੋਲ ਕੇ ਹੌਲੀ ਹੌਲੀ ਗਲਾਈਡ ਕਰੀ ਚੱਲ ਪਹੁੰਚਣਾ ਨਹੀਂ ਮੈਨੂੰ ਲੱਗਦਾ ਪਹੁੰਚਣਾ ਇਦਾਂ ਹੀ ਪਹੁੰਚਣਾ ਪੁੱਲ ਪੁੱਲ ਗਈ ਯਾਰ ਖਰੇ ਹਾਂ 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 1800 ਦੇ ਪਹੁੰਚਦਾ ਬੱਲੀ ਇਹ ਪੁੱਲ ਪੁੱਲ ਗਈ ਆਸ਼ੂ ਕਹਿੰਦੀ ਵੀ ਬੰਦੇ ਆ ਆਸ ਪਾਸ ਸਾਡੇ ਸਿਰ ਉੱਤੇ ਚਾਰ ਬੰਦੇ ਆ ਕੋਈ ਗੱਲ ਨਹੀਂ ਆਦਮ ਬੱਲੀ ਨੇ ਇਕੱਲੇ ਨੇ ਮਾਰ ਦੇਣੇ ਆਹੋ ਪਿਛਲੇ ਸਾਲ ਤੋਂ ਕਹਿੰਦਾ ਮੈਂ ਹੀ ਗੋਟੀਆਂ ਭਰ ਬੈਠਾ ਤੂੰ ਭਈਆ ਥੋੜਾ ਬਿੱਲੀ ਯਾਰ ਕੱਲ ਆਜੀ ਘਰੇ ਫੋਟੋਆਂ ਹੀ ਖਿੱਚਦੀ ਯਾਰ ਮੈਂ ਹੋਰ ਕੰਮ ਐ ਨਹੀਂ ਮੈਨੂੰ ਕੈਮਰਾਮੈਨ ਨਹੀਂ ਸੀਗਾ ਅੱਜ ਮੇਰੇ ਕੋਲ ਥੋੜੇ ਟਾਵਰ ਤੇ ਉਤਰੇ ਉਸਤਾਦ ਜੀ ਕਿਤੇ ਕੰਨ ਮਿਲ ਗਈ ਨਾ ਉੱਤੇ ਸਵਾਦ ਹੀ ਆ ਜਾਣਾ ਵਾਚ ਆਊਟ ਉਹ ਇਦਾਂ ਕਰੀ ਹੋਣਾ ਨਹੀਂ ਜੀ ਕੰਨ ਨਹੀਂ ਮੈਂ ਮਾਰੋ ਭੈਣ ਦੇ ਯਾਰ ਫਿਨਿਸ਼ ਕਰ ਆਪਣਾ ਨੌਕ ਵਾਲਾ ਭੈਣ ਚੋਣ ਨੂੰ ਵੀ ਕੰਨ ਮਿਲ ਗਈ ਥੱਲੇ ਬੰਦੇ ਆ ਰੁਕੋ ਮੈਂ ਦੇਖਦਾ ਬੋਟ ਆਸ਼ੂ 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 ਕੀ ਕਰਦੀ ਵੀ ਬੋਟ ਆ ਗਈ ਬੋਟ ਕੋਠੇ ਤੇ ਕਿੱਥੇ ਆ ਤੂੰ ਐਨਮੀਜ਼ ਅਹੈਡ ਹੈਗਾ ਥੱਲੇ ਖੜਾ ਆ ਰਿਹਾ ਯਾਰ ਬੱਲੀ ਤੇਰੇ ਹੱਲ ਨਹੀਂ ਆ ਕਵਰ ਦੇ ਦੀ ਤੇਰੇ ਵਾਲ ਬੰਦਾ ਭੈਣ ਦੇ ਯਾਰ ਦੋ ਮਿੰਟ ਨੂੰ ਵੀ ਰੁਕਿਆ ਲੈ ਬੰਦਾ ਭਰਾ ਤੇਰੇ ਵਾਲ ਆਸ਼ੂ ਮਸ਼ੀਨ ਗਨ ਹੈਗੀ ਆਸ਼ੂ ਮਸ਼ੀਨ ਗਨ ਹੈਗੀ ਨੌਕਆਊਟ 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 ਉਹ ਭੈਣ ਚੋ ਕਿੰਨੇ ਬੱਲੀ ਹੱਦ ਆ ਯਾਰ ਉਹ ਭਰਾਵਾ ਮੈਂ ਮੋਲੀ ਸਿੱਟੀ ਹੁਣ ਫੈਲ ਕੇ ਤੇਰੇ ਲੱਗ ਗਈ ਮੈਂ ਇੱਕ ਤਰ੍ਹਾਂ ਭੈਣ ਦੇ ਯਾਰ ਮੈਨੂੰ ਸਾੜਤਾ ਈ ਬਦਲਾਣਾ ਲਵਾਂਗੇ ਚੱਲ ਕੋਈ ਨਹੀਂ ਆਪਾਂ ਵੀ ਜਲਦੀ ਆ ਹੁਸ਼ਿਆਰੀ ਮਾਰ ਕੇ ਗਿਆ ਦਾ ਤਾਂ ਮੈਨੂੰ ਇਹ ਦੱਸ ਮੈਂ ਕਿਹਾ ਚੱਲ ਨੰਗਾ ਹੀ ਹੋਣਾ ਹਲੇ ਆਹੋ ਕਰ ਦਿੱਤਾ ਅਗਲੇ ਨੇ ਨੰਗਾ ਤੇਰੀ 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 ਬਿਨਾ ਕਹੀ ਲੈ ਲਈ ਕਿਆ ਕਿਹਾ ਵੀ ਨਹੀਂ ਤੈਨੂੰ ਪੁੱਛਿਆ ਵੀ ਨਹੀਂ ਆਸ਼ੂ ਕੋਈ M4 ਹੈਗੀ ਦੇ ਦੇ ਯਾਰ ਨਹੀਂ ਬੈਰਲ ਤਾਂ ਹੈਗੀ ਮੇਰੇ ਕੋਲ ਵੀ ਇਹਦੇ ਉੱਤੇ ਵੀ ਚੜ੍ਹ ਹੋ ਜਾਂਦਾ ਨਾ ਬਿਲਡਿੰਗ ਉੱਤੇ ਕਿਤੋਂ ਦੀ ਉਹ ਬੰਦੇ 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 ਭੈਣ ਦੀ ਆਵੇ ਉਹ ਮੈਂ ਫਸ ਗਿਆ ਸਾਲਿਓ ਮੈਂ ਫਸ ਗਿਆ ਬੋਰਡ ਨਹੀਂ ਹੈਗਾ ਪਰ ਉਹ ਨਿਸ਼ਾਨਾ ਕਹਿੰਦਾ ਉਹ ਭੈਣ 'ਚ ਪਾ ਗਿਆ ਲੰਮਾ ਸਾਲਾ ਉਹ ਆਓ ਕੋਈ ਬੰਦਾ ਇਕੱਲਾ ਹੀ ਸਾਲਾ ਇਕੱਲਾ ਨਹੀਂ ਤਿੰਨ ਜਣੇ ਆ ਲੈਟਸ ਗੋ ਇੱਕ ਬੰਦਾ ਕਵਰ ਤਾਂ ਦਿਓ ਮਾਰਕ ਦਾ ਕਰੋ ਬਾਜੀ ਹੈ ਕਿੱਥੇ ਅੱਛਾ ਤੈਨੂੰ ਮਾਰਕ ਹੀ ਨਹੀਂ ਪਤਾ ਕਰਦਾ ਮਾਰਕ ਕਰਦਾ ਮੈਂ ਥੋੜੀ ਜੀ ਬਿਲਡਿੰਗ ਵਾਲ ਮਾਰਕ ਕਰੂੰਗਾ ਝਾਕੀ ਮਾਰਦਾ ਪਿਆ ਉਹਨੂੰ ਸਿਰਫ ਮੇਰੇ ਤੇ ਨਿਗਾਹ ਉਹਦੀ ਵਾਚ ਆਊਟ ਹਾਂ ਦਰਵਾਜ਼ੇ ਤੇ ਖੜਾ ਮੈਂ ਸਾਰੇ ਲੰਮਾ ਪੈ ਪਿਆ ਨਿਕਲਦਾ ਪਿਆ ਮੇਰੇ ਕੋਲ ਨਾ ਕੋਈ ਉੱਦਾਂ ਦੀ ਬੰਦੂਕ ਹੈ ਮੈਂ ਚਿਤੜਦਾ ਅਤੇ ਗੋਲੀਆਂ ਮਾਰਾਂ
ਮਾਮਾ ਮਾਰਕ ਕੀਤਾ ਤੂੰ ਜਾਏਗਾ ਉੱਧਰ ਜਾਣਾ ਵੇ ਭਾਈ ਆਸ਼ੂ ਮਾਰਕ ਕੀਤੀ ਤਾਂ ਸੀਗੀ ਬਿਲਡਿੰਗ ਯਾਰ ਮਾਰਕ ਦ ਲੋਕੇਸ਼ਨ ਬਸ ਸਨਾਈਪਿੰਗ ਕਰਦਾ ਪਿਆ ਧਿਆਨ ਨਾਲ Marked a location. Marked a location. ਕੀ ਕਰਨਾ ਰਸ਼ ਕਰਨਾ ਦੋ ਬੰਦੇ ਉਹ ਪੈ ਗਈ ਉਹ Watch out. ਮਾੜਾ ਜਿਹਾ ਫਾਇਰ ਕਰ ਤੇਰੇ ਵੱਲ ਅਭੀ ਤੱਕ ਹੀ ਦੋ ਬੰਦੇ ਘੱਟੋ ਘੱਟ ਰਸ਼ ਕਰ ਸਕਦਾ ਓਕੇ ਆ ਜਾ ਮੇਰੀ ਹੈਲਥ ਦੇਖ ਬਹੁਤ ਵਧੀਆ ਚੱਲ ਵੀ ਹੈਲਥ ਕਿੱਟ ਦੇਖੋ ਇਹਨਾਂ ਕੋਲੋਂ ਕੁਛ ਨਾ ਕੁਛ ਤਾਂ ਹੋਏਗਾ ਵਾਚ ਆਊਟ ਓ ਯਾਰ ਸਾਰੀਆਂ ਗੋਲੀਆਂ ਚੱਕ ਕੇ ਲਿਆ ਗਏ ਤੁਸੀਂ ਬ੍ਰਿੰਗ ਅਪ ਵੌਇਸ ਚੈਟ ਲੈ ਗਿਆ ਮੈਂ ਤਾਂ ਮੈਨੂੰ ਯਾਰ ਉਹਦੀਆਂ ਦੇ ਦਿਓ ਯਾਰ ਪੰਜ ਦੀਆਂ ਨਾਲੇ ਹੈਲਥ ਕਿੱਟ ਦਿਓ ਮਾੜੀ ਮੋਟੀ ਪੰਜ ਦੀਆਂ ਐਮੋ ਦਿਓ ਯਾਰ ਕੋਈ ਬੰਦਾ ਆਇਆ ਆਇਆ ਕੋਈ ਨਹੀਂ ਕੋਈ ਨਹੀਂ ਨਾਲੇ ਆਓ ਦੇ ਆਸ਼ੂ ਕੋਈ ਹੈਲਥ ਹੁਲਥ ਜੀ ਕੁਛ ਮਾੜਾ ਮੋਟਾ ਵੱਡੀ ਜੀ ਪੈ ਗਈ ਹਲੋ ਆ ਗਿਆ ਭਰਾ ਅੰਦਰ ਮੈਂ ਪੱਟੀਆਂ ਲਪੇਟਦਾ ਮੈਂ ਯਾਰ ਆ ਇਹ ਦਿੱਤੀ ਹੈਲਥ ਕਿੱਟ ਇੱਕ ਹਲੋ ਪੰਜ ਦੀਆਂ ਗੋਲੀਆਂ ਪੰਜ ਦੀਆਂ ਥੋੜੀਆਂ ਦੇ ਦੇ ਹਾਂ ਬਸ ਬਹੁਤ ਆ ਅਸਾਂ ਤਾਂ ਸੋ ਵਾਲੇ ਜਿੱਤੇ ਨੇ ਗੇਟ ਸੋ ਵਾਲੇ ਚੱਕ ਲੈਂਦਾ ਮੈਂ ਚੱਕ ਹੀ ਲੈਂਦਾ ਆਸ਼ੂ ਤੇਰੇ ਡੀਪੀ ਪਈ ਅੰਦਰ ਉਰੇ ਆ ਇੱਥੇ ਤੇ ਗਿਆ ਡੀਪੀ ਚਲਾਉਂਦੇ ਵੇ ਦੱਸੋ ਆ ਸ਼ੂਟ ਲਾਉਂਦੀ ਡੀਪੀ ਚਲੋ ਫਿਰ ਯਾਰ ਚਲੋ ਫਿਰ ਵਾਟ ਦਾ ਫੱਕ ਨੂਬ ਗਿਆ ਉਹ ਤੂੰ ਕਮੈਂਟਰੀ ਕਮੂਟਰੀ ਕਰ ਲੈ ਮਰੋ ਮਾਰੋ ਨਹੀਂ ਮਰੋ ਮਾਰੋ ਨਹੀਂ ਮਰੋ ਮਰੋ ਇਹਦੇ ਕੀ ਪਤਾ ਮਰੋ ਸਾਲਾ ਤੂੰ ਮਰ ਮੈਂ ਲੱਗਾ ਸੂਨ ਸੂਨ ਲੱਗਾ ਗਾਈ ਆ ਉਹ ਤੂੰ ਸੂਨ ਵਾਲਾ ਸੀਗਾ ਮਾਮਾ ਪਹਿਲੇ ਦੁੱਧ ਦੀ ਬੌਲੀ ਦੇ ਜੀ ਉਹ ਕੋਠੇ ਤੁਸੀਂ ਲੂਟ ਕਰ ਲਏ ਯਾਰ ਮਰਦੇ ਆ ਚਲੋ ਯਾਰ ਮੁੰਡੇ ਕੋਲ ਚਲੀਏ ਕਿ ਜੇ ਕਿਸੇ ਕੋਈ ਪੁਸ਼ ਕਰਦੇ ਪਏ ਭਾਈ ਫਿਰ ਕੁਛ ਕਹਿ ਨਹੀਂ ਸਕਦੇ ਫਿਰ ਦੇਖ ਲਓ ਯਾਰ ਭੈਣ ਚੋ ਸਾਰੀਆਂ ਬਿਲਡਿੰਗਾਂ ਲੁੱਟ ਕੇ ਗਏ ਸਾਲੇ ਬੈਠੋ ਮਰਨਾ ਮਰਨਾ ਆਸ਼ੂ ਨੂੰ ਬਿਠਾ ਲਾ ਪਹਿਲੇ ਸੋ ਜਾਓ ਸੂ ਜਾਓ ਅਸੀਂ ਕੌਣ ਸੂਈਏ ਭਰਾ ਤੂੰ ਸੂ ਇਹਨੇ ਤਾਂ ਗੋਲੀਆਂ ਇਕੱਠੀਆਂ ਕਰ ਲਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਤੇ ਕੌਣ ਗੋਲੀਆਂ ਦੇਖਣ ਦੇ ਯਾਰ ਪੰਜ ਦੀਆਂ ਥੋੜ੍ਹੀ ਜਿਹੀਆਂ ਓਏ ਹੋਏ ਐਮ 4 ਮਿਲ ਗਈ ਇਹਨੂੰ ਕਹਿੰਦੇ ਰੱਬ ਦੇ ਘਰ 'ਚ ਦੇਰ ਰਹਿਣ ਦੇਰ ਨਹੀਂ ਇੱਕ ਮਿੰਟ ਰੁੱਕ ਜਾ ਯਾਰ ਓਹੋ ਗੋਲੀਆਂ ਗੋਲੀਆਂ ਓਲੇ ਕਿਹੜਾ ਹੋਲ ਪੂਰਾ ਲੇ ਕਿਸਾਨ ਸਮਝ ਨਹੀਂ ਆ ਰਹੀ ਉਹ ਘਰਦਿਆਂ ਦੇ ਲਾਗੇ ਬੈਠਾ ਲੱਗਦਾ ਆਸ਼ੂ ਉਹਨੂੰ ਚਲਾਉਂਦੇ ਰੁੱਕ ਰੁੱਕ
ਭਰਾ ਹੁਣ ਤੇਰਾ ਬੰਦਾ ਪੁਸ਼ ਕਰਨ ਦੇ, ਮੈਂ ਤਾਂ ਤੈਨੂੰ ਪਤਾ ਹੀ ਹੈ ਮੈਂ ਤਾਂ ਉਸੇ ਟਾਈਮ ਮਰ ਜਾਂਦਾ। ਤੂੰ ਦੇਖ ਬੱਲੀ ਮਾਰ ਓਏ। Not bad. Marked a location. ਡੈਮੇਜ ਮੇਰਾ ਵੀ ਠੀਕ ਹੀ ਸੀਗਾ, ਇਹਦਾ ਪੰਜ ਬੰਦਿਆਂ ਡੈਮੇਜ ਦਿੱਤਾ ਇਹਨੇ। ਬਈ ਸਾਨੂੰ ਨਹੀਂ ਚਾਹੀਦਾ ਪੋਸਟਰ ਪੋਸਟਰ, ਭੱਜ ਓਏ ਭੱਜ ਗਿਆ। ਇਹ ਹੁਣ ਦਵਿਨ ਦੀ ਰਿਕੁਐਸਟ ਆ ਗਈ, ਦਵਿਨ ਦੀ ਰਿਕੁਐਸਟ ਚੱਕਦੇ ਹਾਂ। ਤੂੰ ਬੋਲੋ ਮਾੜਾ ਮੋਟਾ, ਤਾਂ ਦਵਿਨ ਆ ਗਿਆ। ਉਹਨੂੰ ਭੈਣ ਜੋ ਪਤਾ ਨਹੀਂ ਲੱਗਾ ਇਹ ਕੀ ਹੋ ਗਿਆ। ਰਿਕੁਐਸਟ ਕਨੈਕਸ਼ਨ ਰੋਮੈਂਸ ਰੋਮੈਂਸ ਰੋਮੈਂਸ। ਆਸ਼ੂ ਦਵਿਨ ਨੂੰ ਮੈਸੇਜ ਕਰਕੇ ਆਏਗੀ ਜੇ ਮੈਂ ਬਾਹਰ ਗਿਆ ਨਾ, ਹੋਰ ਚੈਟਾਂ ਵੀ ਆ ਜਾਣੀਆਂ ਵਿੱਚ। ਮੈਸੇਜ ਕਰਕੇ ਆ ਉਹਨੂੰ, ਕਹਿ ਆ ਜਾ ਕਿ ਭਾਅ ਜੀ ਕਹਿੰਦੇ ਆ ਜਾ। ਤੇਰੀ ਆਵਾਜ਼ ਬਹੁਤੀ ਘੱਟ ਆ ਰਹੀ, ਕੀ ਕਹਿੰਦੀ? ਔਨਲਾਈਨ ਆ ਬਟ ਮੈਨੂੰ ਲੱਗਦਾ ਉੱਦਾਂ ਬਾਹਰ ਚਲਾ ਗਿਆ, ਬਾਹਰ ਉੱਦਾਂ ਔਨਲਾਈਨ ਆ। ਜਾ ਦੇਖ ਕੇ ਆ ਮੜ ਜਾ। ਇਫੈਕਟ ਸੈਟਿੰਗ ਕਿਹੜੀ ਆਈ? ਲਾਸਟ ਮੈਚ ਯਾਰ ਤੇਰਾ ਸਾਲਿਆ, ਲਾਸਟ ਮੈਚ ਤਾਂ ਆਇਆ। ਫਿਰ ਲੀਵਿੰਗ ਲਾਉਣਾ, ਦੋ ਮੈਚ ਲਾ ਇਨ ਰੈਂਗਲ ਦੀ ਜਗ੍ਹਾ, ਇਹਦੇ ਦੋ ਦੋ ਲਾ ਲੈ। ਤੂੰ ਕਿਹੜਾ ਪੁਸ਼ ਕਰਦਾ ਮੈਂ ਤੇਰਾ, ਅਗਲੀ ਵਾਰੀ ਕਰਾਵਾਂਗੇ ਪੁਸ਼ ਬਗਮੀ 'ਚ। ਨਾਲੇ ਮੈਂ ਪੁਸ਼ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਭੈਣ ਜੀ ਉਹਨੂੰ ਗੱਡੀ ਨਿਕਲੀ ਮੇਰੇ ਨਾਲ ਦੇ ਨੂੰ ਵੱਡੀ ਵੱਡੀ। ਆਸ਼ੂ ਆ ਜਾਵੇ ਇੱਕ ਵਾਰੀ, ਬਸ ਆਸ਼ੂ ਆ ਗਈ। ਆਸ਼ੂ ਮੈਸੇਜ ਆਇਆ ਉਹਦਾ? ਨਹੀਂ ਆਇਆ, ਚੱਲ ਠੀਕ ਆ ਫਿਰ ਆ ਜਾਓ, ਗੋਲੀ ਮਾਰੋ, ਕਿਆ ਕਰ ਸਕਦੇ। ਲਾਈਵ ਤਾਂ ਪਾ ਹੀ ਦੇਣਾ, ਇਹ ਮੈਂ ਦੇਖਾਂ ਲਾਈਵ ਪਲੇ ਹੁੰਦਾ ਪਿਆ ਹੁੰਦਾ ਪਿਆ। ਚਲੋ ਫਿਰ ਹੁਣ ਲੀਵਿੰਗ ਲਾਉਂਦੇ, ਲੀਵਿੰਗ ਦੋ ਲੱਗ ਜਾਣੇ ਆਟੋਮੈਟਿਕ ਆਫ ਤਾਂ। ਥੋੜੀ ਜਿਹੀ ਗੇਮ ਦੀ ਵਾਇਸ ਦੀ ਪ੍ਰੋਬਲਮ ਹੈਗੀ ਆ। ਵੈਰ ਜੇ ਅੱਜ ਸਾਨੂੰ ਦੇਖਣਾ ਤੂੰ ਸੱਚ ਕੇ ਜਗੋ ਵੀ ਨਾ ਲੀ ਜੀ ਨਾ, ਆਡੀਓ 'ਚ ਪ੍ਰੋਬਲਮ ਆ ਮੈਨੂੰ ਲੱਗਦਾ। ਆਡੀਓ ਕਿਹੜਾ ਚੱਲਦਾ ਪਿਆ? ਅਲਟਰਾ ਮਿਊਜ਼ਿਕ ਠੀਕ ਆ, ਮਾਸਟਰ ਯੂ ਆਈ ਠੀਕ ਆ, ਠੀਕ ਆ, ਮਾਈਕ੍ਰੋਫੋਨ ਠੀਕ ਆ। ਹੈਲੋ ਕੁਛ ਬੋਲਿਓ ਆਸ਼ੂ, ਮਾੜਾ ਜਿਹਾ ਕੁਛ ਬੋਲੀ। ਹੈਲੋ ਹੈਲੋ ਆਸ਼ੂ, ਆਪਣਾ ਨਾ ਮਾਈਕ੍ਰੋਫੋਨ ਥੋੜ੍ਹਾ ਜਿਹਾ ਉੱਚਾ ਕਰ, ਤੇਰਾ ਜ਼ਿਆਦਾ ਹੀ ਸਲੋ ਹੋ ਗਿਆ ਆ। ਸੈਟਿੰਗ 'ਚ ਜਾ ਕੇ ਚੱਲ, ਲੰਬਰ ਯਾਰਡ ਹੀ ਉੱਤਰ ਦੇ ਆਸ਼ੂ, ਲੰਬਰ ਯਾਰਡ ਬੰਦੇ ਉੱਤਰ ਨੂੰਗੇ ਧਿਆਨ ਨਾਲ। ਹਾਂ ਖੜਿਆਂ ਦੇ ਮਾਰਨ ਜੋਗੇ ਆ ਸਾਲੇ, ਉਹ ਅਗਰ ਤੁਹਾਡੇ ਤੋਂ ਭੈਣ ਜੀ ਇੱਕ ਮੁੱਠੀ ਤੱਕ ਨਹੀਂ ਮਰਦੀ, ਆ ਇੱਕ ਵੀ ਨਹੀਂ ਮਰਨਾ ਤੇ ਕੋਈ ਸਾਲਿਆ। ਬ੍ਰਿੰਗ ਅਪ ਵੌਇਸ ਚੈਟ, ਭਰਾ ਬੋਲੀ ਤਾਂ ਜਾਂਦੇ। ਆਸ਼ੂ ਟਾਈਪ ਕਰ ਗਲਿਚ, ਉਹ ਫੋਲੋ ਨਹੀਂ ਕੀਤਾ ਫੋਲੋ। ਹੈ ਓ ਯਾਰ, ਚੱਲ ਕੋਈ ਨੀ ਉੱਤਰ ਜਾ ਲੰਬਰ ਯਾਰ, ਤੈਨੂੰ ਵੀ ਪਤਾ ਹੀ ਆ। ਕਾਲ ਨਹੀਂ ਕਰਨੀ ਭਰਾ, ਐਨਮੀਜ਼ ਅਹੈਡ, ਅਜੇ ਬੰਦੇ ਹੈਗੇ। ਤੂੰ ਤਾਂ ਫਿਰ ਤੂੰ ਤਾਂ ਆਪ ਨਹੀਂ ਦੇਖ ਗਿਆ। ਦੇਰਸ ਐਨ ਐਂਬੁਸ਼, ਪਲੇ ਇਟ ਸੇਫ। ਦੋ ਜਣੇ ਆਉਂਦੇ ਨੇ,
Watch out! Ancora. Ecco bolli in carta. Non va la passa clear. Due bande a te hanno. Oh! Ma che cosa di marche, eh? Vuoi che tu marchi che? ਓਏ ਨੂਬ ਤੂੰ ਬਚਿਆ ਨੂਬ ਸਾਡੀ ਮੌਤ ਦਾ ਬਦਲਾ ਲੈ ਸਾਲਿਆ ਮੇਰੀ ਦਾ ਓ ਯਾਰ ਮੇਰੀ ਗਲਤੀ ਮੇਰੇ ਕੋਲ ਗੋਲੀਆਂ ਨਹੀਂ ਸੀਗੀ ਮੈਂ ਇਹਨੂੰ ਬੰਦਾ ਲੱਭਣਾ ਚਾਹੀਦਾ ਸੀ ਬਸ ਬਸ ਇੱਕ ਹੋਰ ਆ ਆ ਗਿਆ ਆ ਗਿਆ ਤੇਰੇ ਵਾਲ ਆ ਰਿਹਾ ਇਧਰੋਂ ਆਉਣਾ ਇਹਨੇ ਪਤਾ ਨਹੀਂ ਵਾਚ ਆਊਟ एक और आ गया सारे रिवाइव करन दो भैन चो अभी तू खाली मेरे रख मैं यार गेम बनना व्हाट द फक कर चलो ही खत्म कर रहे थे Watch out! Ek ho raha gandi bhi. The left side te bhi sikha. Oh yaar, par nahi bahut badhiya kiya yaar, bahut badhiya khela noob tu. Oh yaar. Ek aur match. Ye bhai damage sahi gal hai, 7 banda damage de gaya. Tera ek bahut vaddi like hai mere liye. Mere ko khal lagta. Chalo aao. रेडी कर दिया ओए अपने की नाम हैप्पी बढ़िया ही है डिस्क्रिप्शन भी तैयार करनी हले ना मैं पेज दा ना फिर अल्ट्रा स्टिक ही लिखदा पिया क्योंकि दो चार ही आ हले बंदे अल्ट्रा स्टिक ओ हो क्या मेरी वाईफाई है ਵੀਰ ਜੀ ਅਸਾਂ ਨੇ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿੱਥੇ ਗਏ ਵਟ ਦਾ ਫੱਕ ਵੀਰ ਜੀ ਕਿੱਥੇ ਨੇ ਵਟ ਦਾ ਫੱਕ ਵੀਰ ਜੀ ਗੱਲ ਸੁਣੋ ਵੀਰ ਜੀ ਮੈਂ ਪਾਣੀ ਅੰਦਰ ਚੱਲਾਂ ਸੀ ਵੀਰ ਜੀ ਬਾਹਰ ਆਓ ਵੀਰ ਜੀ ਬਾਹਰ ਆਓ ਵੀਰ ਜੀ ਬਾਹਰ ਆਓ ਵੀਰ ਜੀ ਬਾਹਰ ਆਓ ਵੀਰ ਜੀ ਕੀ ਕਰਦੇ ਵੀਰ ਜੀ ਤੁਸੀਂ ਵੀਰ ਜੀ ਏਦਾਂ ਨਾ ਕਰੋ ਵੀਰ ਜੀ ਤੁਸਾਂ ਨੇ ਬਾਹਰ ਆਏ ਅਸਾਂ ਅੰਦਰ ਵੜ ਗਏ ਵੀਰ ਜੀ ਗੱਲ ਸੁਣੋ ਬੇਜ ਬਾਰੇ ਨਾ ਵਧੀਆ ਦੀ ਡਿਸਕ੍ਰਿਪਸ਼ਨ ਸੋਚੋ ਜਿਹਦੇ ਵਿੱਚ ਜਿਹੜਾ ਜਿਹੜਾ ਗੇਮ ਖੇਡ ਲੇਗਾ ਉਸਦੀ ਸਾਡੇ ਆਈ ਡੀ ਟੈਗ ਕਰਦਿਆ ਕਰਨੀ ਹੈ ਠੀਕ ਹੈ ਫਿਰ ਆਉਣ ਵਾਲੇ ਟਾਈਮ 'ਚ ਵੀਰ ਜੀ ਇੱਕ ਵਾਰੀ 1,500 ਫੋਲੋਵਰ ਹੋ ਗਏ ਤਾਂ ਵੀਰ ਜੀ ਅਸੀਂ 500 ਪੂਰਾ 500 ਵੀਰ ਜੀ 500 ਰੁਪਈਏ ਇਨਾਮ ਰੱਖਾਂਗੇ ਟੂਰਨਾਮੈਂਟ ਦਾ ਚਲੋ ਜ਼ਿਆਦਾ ਨਹੀਂ 100 ਸਬਸਕ੍ਰਿਪਸ਼ਨ ਵੀ ਆ ਗਈਆਂ ਤਾਂ ਵੀਰ ਜੀ ਬਹੁਤ ਵੱਡੀ ਗੱਲ ਹੈ ਚਲੋ ਵੀਰ ਜੀ ਚੱਲ ਠੀਕ ਆ ਵੀਰ ਜੀ ਤੁਸੀਂ ਵੀ ਬੀਬੀ ਜੀ ਜਿੱਥੇ ਤੁਸੀਂ ਕਹੋ ਉੱਥੇ ਲਾ ਦੇਣਾ ਕੁਛ ਹੋਰ ਨਿਕਲ ਜਾਣਾ ਸੀ ਮੂੰਹ 'ਚ ਇਹ ਕੌਣ ਹੈ ਬਹਾਦੁਰਾਏ ਬਹਾਦੁਰਾ ਭੈਣ ਚ ਨੇਪਾਲੀ ਵੀ ਖੇਡਣ ਲੱਗ ਪਏ
ਇੱਕ ਜਣਾ ਸੋਨੇ ਨਹੀਂ ਤੁਸੀਂ ਸੋ ਸੁਹਣੇ ਨਹੀਂ ਤੁਸੀਂ ਮਤਲਬ ਵੀਰ ਜੀ ਤੁਸੀਂ ਕੀ ਬੋਲ ਰਹੇ ਹੋ ਤੁਹਾਨੂੰ ਸਮਝ ਨਹੀਂ ਆਇਆ ਤੋ GM4 ਮਿਲ ਗਈ ਵੀਰ ਜੀ ਗੋਡ ਆਫ ਦੀ ਗਨਸ जी स्कारल भी मिल गई ओ माय गॉड जी मैं अमर हूँ जी ओ माय गॉड वीर जी थम ग्रेट नालो नाल स्पैम भी हैगी है इन्नियां सारियां गोलियां वीर जी इन्ने तो बंदे ही नहीं हैगे गेम च जो मर्जी के अच्छा बीबी जी गल सुनो सू थोड़ा जो चाहिए है कोई स्कोप मिल जाए ना तीन दिन तो चार का ले लो डीपी भी मिली नहीं जी मिलने की देर है डीपी जरूर मार कर दियो बीबी ले ओले ओले ਕਾਲੇ ਗੰਨਾ ਵੀ ਸਵੈਪ ਕਰੀ ਜਾਂਦੇ ਨੇ ਉਹ ਵੀ ਚੱਲ ਤੂੰ ਨਹੀਂ ਕੀਤੀ ਉਹ ਜਿਹਨੇ ਕੀਤੀ ਉਹ ਸੋਚ ਲਓ ਗਾਲ ਉਹਨੂੰ ਵੱਡੀ ਹੈ ਐਕਸਲੈਂਟ ਵਰਕ ਸਾਲਾ ਹੁਣ ਉੱਧਰ ਲੁੱਟਣ ਚੱਲਾ ਕੀ ਜਾਏਗਾ ਉਹਨੇ ਮਾਰਕ ਕੀਤਾ ਕਿਸੇ ਨੇ ਕਿੱਥੇ ਮਾਰਕ ਕੀਤਾ ਬੰਦੇ ਆਸ ਪਾਸ ਬਈ ਬੰਦੇ ਆਸ ਪਾਸ ਸਭ ਤੋਂ ਪਹਿਲਾਂ ਬੰਦਿਆਂ ਦਾ ਮੈਨੂੰ ਪਤਾ ਲੱਗਦਾ ਕਿਉਂਕਿ ਸਭ ਤੋਂ ਪਹਿਲਾਂ ਸਾਲੇ ਗੋਲੀ ਮੈਨੂੰ ਮਾਰਦੇ ਤਿੰਨ ਦਾ ਸਕੋਪ ਚਾਹੀਦਾ ਹੁੰਦਾ ਮੈਨੂੰ ਤਿੰਨ ਬੰਦੇ ਆ ਤੇ ਇੱਕ ਜੇ ਬੰਦੇ ਆ ਤੇ ਇੱਕ ਵਾਰੀ ਹੋਰ ਇੱਕ ਪਾਉਂਗਾ ਆਪਾਂ ਵੀ ਫਾਲ ਬੈਕ ਟੂ ਸੇਫ ਜ਼ੋਨ ਲੈ ਯਾਰ ਨਿੱਕੀ ਯਾਰ ਪੁੱਛ ਪੁੱਛ ਕਦੋਂ ਦੀ ਮੈਂ ਵੇਟ ਕਰਦਾ ਪਿਆ ਮੈਨੂੰ ਕਵੇ ਵਾਚ ਆਊਟ ਆਸ਼ੂ ਉਹਦੇ ਵੱਲ ਆਇਆ ਨੂੰ ਵੱਲ ਕੱਲਾ ਹੀ ਸਾਲਾ ਚਲ ਆਇਆ ਹੁਣ ਆਪਾਂ ਤੇਰੇ ਵੱਲ ਆ ਰਹੇ ਇਕੱਠੇ ਹੋ ਕੇ ਮੈਨੂੰ ਬਸ ਤਿੰਨ ਦਾ ਸਕੋਪ ਦੇ ਦੇ ਚਾਰ ਦਾ ਲੈ ਲਾ ਸਟੇ ਅਲਰਟ ਆਈ ਗਾਟ ਸਪਲਾਈਜ਼ ਆਸ਼ੂ ਸਕੋਪ ਦੇ ਆਸ਼ੂ ਦੌੜਦੀ ਕਿਉਂ ਨੂੰ ਪਈ ਆ ਤੈਨੂੰ ਮੈਂ ਕਹਿ ਰਿਹਾ ਤੇਰੇ ਵੱਲ ਆ ਰਹੇ ਤੂੰ ਉਧਰ ਨੂੰ ਦੌੜੀ ਜਾਂਦੀ ਵੀ ਕਿੱਥੇ ਆ ਆਲਾ ਵੀ ਚਾਰ ਦਾ ਸਕੋਪ ਓ ਯਾਰ ਚੱਲ ਕੋਈ ਨਹੀਂ ਤੈਨੂੰ ਹੁਣੇ ਦੇ ਲੱਭ ਦੇਣਾ ਮੈਂ ਆਈ ਗਾਟ ਸਪਲਾਈਜ਼
ਸਾਲਿਆ ਇਦਾਂ ਨਾ ਕਰਿਆ ਕਰ ਕਮਾ ਤੁਸੀਂ ਮਾਰਕ ਦ ਲੋਕੇਸ਼ਨ ਐਕਸਲੈਂਟ ਵਰਕ ਮੇਰੀ ਨੀਂਦ ਖਰਾਬ ਵਾਚ ਆਊਟ Enemies ahead. Ashu DP. Ali building. Enemies ahead. Watch out. Ali building. Chal. Marked a location. ਕੀ ਕਰਦਾ ਗਿਆ ਆ ਜਾ ਸਾਲਿਆ ਉੱਤੇ ਅੱਜ ਕੱਲ ਥੱਲੇ ਲੂਟ ਨਹੀਂ ਹੈਗੀ ਕੰਮ ਦੀ ਕਿੰਨਾ ਬੋਰਿੰਗ ਗੇਮ ਪਲੇ ਹੈ ਨਾ ਮੂਡ ਹੀ ਨਹੀਂ ਸੀਗਾ ਯਾਰ ਘਰ ਚ ਕਲੇਸ਼ ਜਿਹੜਾ ਪੈ ਗਿਆ ਪਤਾ ਨੀ ਰੱਬ ਮੇਰੀ ਯਾਰ ਕਿੱਦਾਂ ਦਾ ਪਿਓ ਨਾ ਪੈਸੇ ਮੰਗਦਾ ਕਿਰਾਇਆ ਰਹਿਣ ਦਾ ਹੱਦ ਆ ਯਾਰ ਸੱਚੀ ਯਾਰ ਸਾਡੇ ਪੈਸੇ ਆ ਤੁਹਾਡਾ ਸਾਲੇ ਟੀਮ ਆ ਧਿਆਨ ਨਾ ਆਸ਼ੂ ਟੀਮ ਆ ਇੱਥੇ I need a scope. ਨਾ ਪਹਿਲੇ ਚਾਰ ਦਾ ਸਕੋਪ ਦੇ ਅੱਛਾ ਲੈ ਮੈਂ ਉਹਨੂੰ ਦੇਖਣਾ Enemies ahead. Form up on me. ਓਏ ਮੈਂ ਐਨੀਵੇ ਹੈਡ ਤਾਂ ਬੋਲਿਆ ਕਰ ਮੇਰਾ ਭਰਾ ਜੇ ਹੁੰਦਾ ਆ ਯਾਰ ਉਦੇ ਮੈਂ ਬੋਲ ਪੜ ਜਾਂਦੀ ਸਾਡੀ Form up on me. ਫੋਮ ਕੋ ਨਹੀਂ ਚਲ ਆਇਆ ਸ਼ੋ ਉਹਦੇ ਹਲ ਨੂਬੜੇ ਹਲ ਮੇਰੇ ਕੋਲ ਤਾਂ 6 ਦਾ ਸਕੋਪ ਮਿਲ ਗਿਆ ਤੇਰੀ ਵਾਜ ਕੁਝ ਜ਼ਿਆਦਾ ਹੀ ਸਲੋ ਪਤਾ ਨਹੀਂ ਸਾਲੇ ਗਲਿਚ ਸੀਗਾ ਉੱਥੇ ਬੰਦਾ ਆ ਐਨੀਮੀਜ਼ ਅਹੈਡ ਯਾਰ ਨੂਬ ਕੱਲਾ ਹੀ ਤੁਰਿਆ ਪਿਆ ਮੰਮਾ ਆਂਦੇ ਤਾਂ ਪਈ ਆ ਪੰਗਾ ਨਾ ਲੈ ਵਾਚ ਆਊਟ ਹਾਂ ਹਾਂ ਮੈਂ ਪੋਜੀਸ਼ਨ ਲੈ ਰਿਹਾ ਆਪਣੀ ਆਜੀ ਤੂੰ ਆਟੋ ਮਿਲੀ
ਥਾਣੇ ਜਿਸ ਹਿਸਾਬ ਨਾਲ ਐਨੀ ਵੀ ਹੈਡ ਥਾਣੇ ਤਾਂ ਬੋਲਿਆ ਕਰੋ ਜੇ ਬੰਦਾ ਹੁੰਦਾ ਆ ਆਹ ਚੱਕ ਲੈ ਚੱਕ ਲੈ ਜੇ ਤੂੰ ਚਲਾ ਸਕਦੀ ਆ ਤਾਂ I got supplies. ਇੰਦਰ ਸਟੋਕ ਲੰਬੇ ਦੇ ਵਿੱਚ ਹੋ ਹੁਣ ਮੇਰੀ ਗੱਲ ਸੁਣੋ ਬੰਦੇ ਵਿੱਚ ਇਹ 13 13 ਮਤਲਬ 3 ਮਤਲਬ 10 ਚਲੋ ਫਿਰ ਆਓ ਨਹੀਂ ਐਕਸਟਰਾ ਹੋਇਆ ਤੁਸੀਂ ਹਾਂ ਐਕਸਟਰਾ ਦੇ I got supplies. Then the scope lana hai iske. Chahiye hai? Chala building ke upar chal de. Zone di koi tension nahi hai ki. ਦਵਿਨ ਕਹਿੰਦਾ ਕਦੋਂ ਮੁੱਕਣਾ ਯਾਰ ਮੈਂ ਰਿਪਲਾਈ ਨਹੀਂ ਕਰ ਸਕਦਾ ਲੈਵਲ 3 ਦਾ ਬੈਗ ਪਿਆ ਅੰਦਰ ਆਪਾਂ ਪਿੱਛੋਂ ਆਏ ਤਾਂ ਆਲਮੋਸਟ ਪਿਛਲਾ ਸਭ ਕਲੀਅਰ ਆ ਅੱਗੇ ਨਿਗਾਹ ਰੱਖਣੀ ਪੈਣੀ ਸਾਨੂੰ ਮਾਰਕ ਕਰ ਦਿਆ ਕਰ ਮੇਰਾ ਭਰਾ ਮੇਰੇ ਕੋਲ ਸਿਰ ਪ੍ਰੈਸਰ ਹੈਗਾ ਪਰ ਮਾਰਕ ਕਰ ਦਿਓ ਯਾਰ ਪਹਿਲੇ ਲੂ ਮਾਰਕ ਕਰਕੇ ਜਾਈ ਮੇਰਾ ਭਰਾ ਬੰਦੇ ਬੰਦੇ ਸ਼ੂਟ ਹੋਇਆ ਮਾਰਕ ਦ ਲੋਕੇਸ਼ਨ ਪਤਾ ਨਹੀਂ ਜ਼ੋਨ ਕਿੱਥੇ ਬਣਿਆ ਆਊਟ ਆਫ ਜ਼ੋਨ ਚ ਉਹ ਫੱਕ ਜ਼ੋਨ ਬਹੁਤ ਦੂਰ ਬਣਿਆ ਹੋਇਆ ਉਹ ਆ ਬੜਾ ਸਿਆਪਾ ਯਾਰ ਆਊਟ ਆਫ ਪਰ ਜਾਣਾ ਪੈਣਾ ਸਾਨੂੰ ਉੱਥੇ ਤੱਕ ਬੰਦੇ ਦੇਖੇ ਤੈਨੂੰ ਆਸ਼ੀ ਤੂੰ ਗੱਡੀ ਚੱਕ ਐਨੀਮੀਜ਼ ਅਹੈਡ ਗੱਡੀ ਨਹੀਂ ਹੈਗੀ ਯਾਰ ਜ਼ੋਨ ਆ ਕੇ ਜਾ ਹੁਣ ਫਾਲ ਬੈਕ ਟੂ ਸੇਫ ਜ਼ੋਨ ਓਏ ਯਾਰ ਤੁਹਾਡੇ ਜੋ ਕੋਈ ਬੱਚਾ ਯਾਰ ਜ਼ੋਨ ਤੋਂ ਬਾਹਰ ਹੀ ਭੈਣ ਪੰਗਾ ਪੈ ਗਿਆ ਜਿਹੜਾ ਜ਼ੋਨ ਤੋਂ ਬਾਹਰ ਬਣਿਆ ਨਾ ਕੁੱਤਾ ਕੰਮ ਹੈ ਇਹਨਾਂ ਦਾ ਸਾਲਾ ਸ਼ਰਟ ਪਾ ਸ਼ਰਟ ਪਾ ਸ਼ੁਕਰ ਆਏ ਤੁਸੀਂ ਚਲੋ ਵੀ ਇੱਕ ਹੋਰ ਗੇਮ ਨੂੰ ਰੈਡੀ ਕਰ ਆਸ਼ੂ ਵਾਈ ਮੇਰੇ ਕਲੀਅਰ ਆਂਦੀ ਵੀ ਮੈਂ ਕਿਹਾ ਭੈਣ ਨੂੰ ਕਿੱਦਾਂ ਕੀਤਾ ਲੋਗਿਨ ਤੂੰ ਆਸ਼ੂ ਰੈਡੀ ਕਰ ਮੈਂ ਕੋਰੀਆ ਦਾ ਵੀਪੀਐਨ ਲਾਇਆ
हाँ यही करना चाहिए, मैं यही दसना सी। चल बढ़िया तेरे से दिमाग है, मैंने पता लग गया बॉन्ड भी टाइप का असर है तेरे च। यार आशु भी रेडी कर दी भी, जा आशु को मैसेज करके आ मरे जा कितने हो। आ गई आ गई आ गई आ गई, रेडी कर। ओ ये गुड़ी गुड़ी सोनी डुफिकर। Marked a location. Marked a location. Marked a location. Kithe utarna? Mystery utro fir. Koi hun bolya na kuch. Okay. Mystery na kar paana. Marked a location. Tanu saala kedi help chahidi hai? Kedi help chahidi hai tanu? Marked a location. Help. देखो साले मैं मैप दी आई मोजा छोटा जा मैप है भैन जो बंदा किते भी पहुंच सकदा। Marked a location. Marked a location. Marked a location. Marked a location. ਕਿਹਦੇ ਪਿੱਛੇ ਰੋਲਾ ਸਾਲਿਓ। ਓਏ ਦਵੀ ਨੇ ਹਾਂਜੀ ਤੇਰੇ ਘਰ ਦੇ ਕਹਿੰਦੇ ਅਸੀਂ ਡੋਗੀ ਲਿਆਏ। ਮੈਨੂੰ ਤਾਂ ਦੱਸਿਆ ਨੀ, ਤੁਹਾਨੂੰ ਹੀ ਦੱਸਿਆ। ਨਹੀਂ ਕਹਿੰਦੇ ਸੀਗੇ 18 ਸਾਲ ਦਾ ਹੋਣ ਵਾਲਾ, ਕਹਿੰਦੇ 18 ਸਾਲ ਹੋਣ ਵਾਲੇ। ਪਤਾ ਮੈਨੂੰ ਕਿੱਥੇ ਬੋਲਦੇ ਸੀ, ਪਤਾ ਲੱਗ ਗਿਆ। ਮੈਂ ਤਾਂ ਹੀ ਕੁਛ ਖਾਸ ਜਵਾਬ ਨਹੀਂ ਦਿੱਤਾ। ਜੋ ਮੈਨੂੰ ਲੱਗਾ ਆਪਣਾ ਬੰਦਾ ਪਿਆ, ਗੋਲੀ ਮਿਲ ਗਿਆ। ਗੋਲੀ 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 ਡਿਗਰੀ ਉਹ ਕੁਛ ਹੈ ਕਿ ਅੰਦਰ ਚੁੱਪ 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 ਬੋਲ ਘੱਟ ਬੋਲ ਘੱਟ ਬੋਲ ਘੱਟ ਕਿਹਦੇ ਆਸ ਪਾਸ ਰਸ਼ ਹੈ। ਮੈਨੂੰ ਇੱਕ ਅੱਧਾ ਸਕੋਪ ਚਾਹੀਦਾ ਯਾਰ, ਕੋਈ ਛੋਟਾ ਮੋਟਾ ਸਕੋਪ ਮਿਲ ਜੇ। ਸਕੋਪ ਹੈਗਾ ਦੇਖੋ ਕੋਈ। ਓਏ ਨੂਬ ਇੱਕ ਅੱਧਾ ਸਕੋਪ ਦੇ ਦੇ ਯਾਰ, ਬਸ ਠੀਕ ਆ। ਚਲੋ ਚੱਲ, ਉਹ ਮੇਰੇ ਘਰ ਚ ਬੰਦਾ। ਤੇਰਾ ਘਰ ਕਿੱਦਾਂ? चल 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 देखी। ओए नहीं भैन चो गरीब बंदे ते पट्टी कर दो कोई। ओए हेल्थ किट दो यार वड्डी वाली एक। ਮੇਰੇ ਆ ਲਾ ਕੇ ਦੇ ਦੋ ਯਾਰ ਕੋਈ। ਉਹ ਤੂੰ ਕਿੱਧਰ ਰੁੜ ਰੁੜ ਕੇ ਚੱਲਦੀ ਆ। ਆਮ ਆਊਟ, ਨੀਡ ਐਮੋ। ਆਮ ਆਊਟ, ਨੀਡ ਐਮੋ। ਆਮ ਆਊਟ, ਨੀਡ ਐਮੋ। ਇੱਧਰ ਆ ਇੱਧਰ ਆ ਇੱਧਰ ਆ, ਮੇਰੇ ਕੋਲ ਲੈ ਲੈ 70 ਗੋਲੀਆਂ।
ओ मैं जानता बचे हुए वो अपने आप से गोलियां मारी जाने वो तेरी भैन की बोतल 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 आई परे हो Enemies ahead. मैं थल्ले हैं मैं थल्ले हैं मैं दसों कुछ हैगा था सारे मेरे हेल्थ नहीं किसे कंजर नहीं दिखती है ले जाते Marked a location. आ जो एंटर सोलो ਕਿਉਂਕਿ ਮੈਨੂੰ ਖਤਮ ਕਰ ਉਹ ਭੈਣ ਚੋ ਉਹ ਛੇਤੀ ਉਹ ਛੇਤੀ ਯਾਰ ਉਹ ਛੇਤੀ ਉਹ ਬਹੁਤ ਡੈਮੇਜ ਦਾ ਯਾਰ ਬਹੁਤ ਡੈਮੇਜ ਆ ਉੱਤੇ ਚੱਲ ਜੂ ਭੈਣ ਦੀ ਜਵੇਂ ਮੈਨੂੰ ਲੱਗਾ ਮਰ ਗਿਆ ਕਿਹੜਾ ਇਹ ਦਵਿਨ ਨੂਬ ਚੱਲ ਜਾ ਉੱਪਰ ਸਿੱਧਾ ਹੀ ਸਾਡੀਆਂ ਲਾਸ਼ਾਂ ਤੋਂ ਸਮਾਨ ਇਕੱਠਾ ਕਰ ਲਓ ਉੱਪਰ ਉੱਪਰ ਜਾ ਉੱਪਰ ਆਸ਼ੂ ਆਸ਼ੂ ਮਿਊਟ ਅੱਛਾ ਇੱਥੇ ਤੇਰੇ ਪਿੱਛੇ ਆਵਾਜ਼ ਆਏ ਠੀਕ ਆ ਕੋਈ ਨੀ ਮੈਂ ਸਲੋ ਕਰ ਲੈਂਦਾ ਕੱਲ ਨੂੰ ਤੇਰੇ ਘਰ ਦੇ ਕਲੇਸ਼ ਭੈਣ ਚ ਸਾਰੀ ਸੋਸ਼ਲ ਮੀਡੀਆ ਸੁਣੇਗੀ ਯੂਟਿਊਬ ਵਾਲੇ ਅੱਛਾ ਨਵੀਂ ਦੇ ਘਰ ਦਾ ਨਾਂ ਕੀ ਆ ਡੁੱਡੂ ਸੌਂ ਲੱਗੇ ਮੈਨੂੰ ਲੱਗਾ ਮਰ ਗਿਆ ਨਹੀਂ ਤਾਂ ਭੈਣ ਨੂੰ ਮਾਰ ਦੇਣਾ ਸੀ ਆਰਾਮ ਨਾਲ ਮੈਨੂੰ ਭੁਲੇਖਾ ਲੱਗਾ ਮੈਨੂੰ ਲੱਗਾ ਭੈਣ ਚੋ ਕਰ ਦਿੱਤਾ ਨੌਕਆਊਟ ਓਏ ਬੰਬ ਮਾਰ ਤੇ ਮਰ ਜਾ ਆ ਜਾ ਓਏ ਨਵੀਂ ਨੇ ਇਹਦੇ ਕੋਲ ਆ ਬੰਬ ਮਾਰ ਕੇ ਮਰੋ ਸਾਲਾ ਸਾਨੂੰ ਵੀ ਇੱਦਾਂ ਹੀ ਕਰਦਾ ਇਹ ਨਵੀਨ ਇੱਕ ਆ ਬੰਬ ਮਾਰ ਦੇ ਮਾਰ ਨਹੀਂ ਨਹੀਂ ਕੋਈ ਚਿਕਨ ਨਹੀਂ ਭੈਣ ਯਾਰ ਅਸੀਂ ਵੀ ਚਿਕਨ ਲੈ ਕੇ ਆਉਣੇ ਸੀ ਤੇਰੇ ਕਰਕੇ ਮਰੇ ਸੀ ਮੈਂ ਸਾਥ ਤਿੰਨੋਂ ਦੇ ਤਿੰਨ ਲੈ ਗਿਆ ਸੀ ਤੇਰੇ ਕਰਕੇ Enemies ahead. ਤਵੀ ਨੇ ਬੰਬ ਫੜ ਕੇ ਦੌੜਦਾ ਦੌੜਦਾ ਆ ਜਾ ਦੇਖੋ ਉੱਪਰ ਬਹੁਤ ਗਲਤ ਗੱਲ ਆ ਸਾਰਿਆ ਤਵੀ ਦੀ ਗੇਮ ਛੁੱਟੀ ਵੀ ਨਹੀਂ ਤਾਂ ਤਵੀ ਦਾ ਹੁਣ ਤੱਕ ਭੈਣ ਨੂੰ ਦਵਿਨ ਜਾ ਉੱਥੇ ਜਿੱਥੇ ਚੱਲਾ ਸਾਰੇ ਇਹ ਬੋਲਦੇ ਹੀ ਕੁਛ ਨੀ ਉਈ ਬਾਰ ਅਸਾ ਦਿਖਾਣਾ ਤੁਸਾਂ ਦਿਖਾਇਰ ਤੁਸਾਂ ਦਿਖਾਣਾ ਅਸਾ ਦਿਖਾਇਰ ਕਿੰਨੀ ਕਿੰਨੀ ਸਾਲਾ ਵੀਪੀਐਨ ਆਫ ਕਰ ਦੇ ਨਾ ਹੁਣ ਉਹ ਗੇਮ ਵੀਪੀਐਨ ਤੋਂ ਬਗੈਰ ਚੱਲ ਪੈਣੀ ਬਸ ਲੌਗਇਨ ਕਰਨ ਚ ਪ੍ਰੋਬਲਮ ਹੁੰਦੀ ਆ ਐਦਾਂ ਕਰ ਆਪਣੇ ਆਪ ਨੂੰ ਕਿਤੇ ਸੇਫ ਖੜਾ ਕਰਕੇ ਜਾ ਸੇਫ ਕਰਾ ਕਰਕੇ ਜਾ ਕੇ ਵੀਪੀਐਨ ਆਫ ਕਰ ਦੇ ਉਹ ਸਿਰਫ ਮੈਪ ਮੂਵ ਡਾਊਨਲੋਡ ਕਰ ਲਈ ਫਾਲ ਬੈਕ ਟੂ ਸੇਫ ਜ਼ੋਨ ਹੁਣ ਹੈਪੀ ਤੇਰੀ ਜ਼ਿੰਮੇਵਾਰੀ ਆ ਭੈਣ ਚੋ ਲਾਈਕ ਕਰਵਾਉਣੇ ਹੁਣ ਤੂੰ ਸਬਸਕ੍ਰਿਪਸ਼ਨ
ਤੇ ਦਵਿਨ ਨਾਲ ਆਪਣੇ ਆਸ਼ੂ ਆ ਦਵਿਨ ਹਾਂਜੀ ਹਾਂਜੀ ਨਾਲ ਆਸ਼ੂ ਆ ਆਪਣੇ ਪਤਾ ਨਹੀਂ ਮੈਂ ਕਿਹਾ ਮੇਰੇ ਦਿਮਾਗ 'ਚ ਕੋਈ ਗੱਲ ਆਈ ਸੀ ਮੈਂ ਕਿਹਾ ਯਾਦ ਕਰਾ ਦੇਵਾਂ ਬਾਅਦ 'ਚ ਨਾ ਕੁਛ ਕਈ ਵਾਰੀ ਬੰਦੇ ਨੂੰ ਬੋਲਦੇ ਬੋਲਦੇ ਪਤਾ ਨਹੀਂ ਲੱਗਦਾ ਮੈਨੂੰ ਲੱਗਦਾ ਉੱਥੇ ਬੰਦਾ ਲੰਮਾ ਪਿਆ ਹੋਇਆ ਜਿੱਥੇ ਤੂੰ ਦੇਖਦਾ ਪਿਆ ਸੀ ਮੈਨੂੰ ਭੁਲੇਖਾ ਲੱਗਾ ਜ਼ੂਮ ਆਊਟ ਕਰਕੇ ਦੇਖ ਜ਼ੂਮ ਆਊਟ ਕਰਕੇ ਦੇਖ ਸਿੰਪਲ ਮੈਨੂੰ ਲੱਗਾ ਭੁਲੇਖਾ ਸੀਗਾ ਸ਼ਾਇਦ ਭੁਲੇਖਾ ਲੱਗਾ ਭੁਲੇਖਾ ਲੱਗਾ ਜ਼ੋਨ ਅੰਦਰ ਆ ਦੇਖਿਆ ਇੱਥੇ ਜ਼ੋਨ ਤਾਂ ਬੜਾ ਪੰਗਾ ਉਹਦੀ ਭੈਣ ਚੋ ਇਹ ਨਾ ਬੱਗ ਆ ਰਿਹਾ ਇਸ ਗੇਮ 'ਚ ਕਾਫੀ ਜ਼ਿਆਦਾ ਦਵੀ ਨੇ ਇਹਦੇ ਪਿੱਛੇ ਪਿੱਛੇ ਰਹੀ ਹੈ ਸਾਲਾ ਵਧੀਆ ਪਲੇਅਰ ਆ ਦਵੀਂ ਤੂੰ ਆਸ ਪਾਸ ਨਿਗਾਹ ਰੱਖ ਦਵੀਂ ਤੂੰ ਆਸ ਪਾਸ ਵੀ ਨਿਗਾਹ ਰੱਖੀ ਮਾੜੀ ਮੋਟੀ ਪਿੱਛੇ ਵਾਲੇ ਪਾਸੇ ਨਾ ਘਰਾਂ ਦੇ ਅੰਦਰ ਨਿਗਾਹ ਰੱਖ ਆਲੇ 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 ਇੱਥੇ ਵੀ ਆਈ ਨਾ ਸ਼ੂਟਿੰਗ ਤੇ ਔਰ ਨੌਕਡਾਊਟ ਹੈ ਦਵੀਂ ਜਾਓ ਦਵੀਂ ਰਸ਼ ਕਰੋ ਦਵਿਨ ਰਸ਼ ਕਰ ਦਵਿਨ ਰਸ਼ ਕਰ ਲੈਫਟ ਸਾਈਡ ਤੋਂ ਜਾ ਥੋੜਾ ਕਵਰ ਦੇ ਕੇ ਰੱਖੀ ਦਵਿਨ ਦੇਖੋ ਜੀ ਮੇਰੇ ਐਚ ਡੀ ਕਰਕੇ ਥੋੜ੍ਹਾ ਜਿਹਾ ਫਰਕ ਪੈਂਦਾ ਤੁਹਾਨੂੰ ਦੱਸਣ ਜੋਗਾ ਹੋ ਦੇਖੀ ਮੈਂ ਫਰੇਮ ਰੇਟ ਵੀ ਮੀਡੀਅਮ ਚੱਲਦਾ ਪਿਆ ਸੀਗਾ ਵੀ ਰੇਟ ਗ੍ਰਾਫਿਕ ਐਚ ਡੀ ਆਰ ਹੋਣਾ ਬਹੁਤ ਫਰਕ ਪੈਂਦਾ ਮੈਂ ਗ੍ਰਾਫਿਕਸ ਕਰਾਂ ਐਚ ਡੀ ਉਹ ਯਾਰ ਉਹਨੂੰ ਲੰਮਾ ਪਾ ਗਿਆ ਕੋਈ ਉਹਦੇ 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 ਉਹ ਰਿਹਾ ਉਹ ਗਿਆ 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 ਤੂੰ ਗਿਆ ਦਵਿਨ ਦਵਿਨ ਬੰਦਾ ਉਹਦੇ ਸਾਹਮਣੇ ਹੈ ਦਵਿਨ ਬੰਦਾ ਉਹਦੇ ਸਾਹਮਣੇ ਹੈ ਤੂੰ ਆਰਾਮ ਨਾਲ ਮਾਰ ਸਕਦਾ ਦਵਿਨ ਨੂੰ ਪਾ ਤੂੰ ਪਾ ਤੂੰ ਪਾ ਓ ਸ਼ਿਟ ਨੂਬ ਸੀਗਾ ਯਾਰ ਚੱਲ ਕੋਈ ਨਹੀਂ ਤੂੰ ਵੀ ਹਲੇ ਨੂਬ ਹੀ ਹੈ ਆਹੋ ਭੈਣ ਟੁੱਕਰੀ ਚੱਲ ਇੱਕ ਹੋਰ ਮੈਚ ਕਰੋ ਕਰੋ ਰੈਡੀ ਕਰੋ ਰੈਡੀ ਰੈਡੀ ਦਵੇ ਨੂੰ ਉਹਨਾਂ ਨੂੰ ਰੈਡੀ ਕਰਨ ਦੇ ਰੁਕ ਜਾ ready venus bas aashu ready kar de oye kapde pure pa aashu kithe gayi aashu da net slow hai ki problem hai
ਹੈ ਪ੍ਰੀਮੀਅਰ ਤਾਂ ਨਹੀਂ ਲੱਗੀ ਵੀ ਇਹ ਚਲੋ ਨਹੀਂ ਪ੍ਰੀਮੀਅਰ ਲੱਗੀ ਨਹੀਂ ਲੱਗੇਗੀ ਹਲੇ ਕੱਲ 12 ਵਜੇ ਲੱਗੇਗੀ ਦੁਬਾਰਾ ਹੈਲੋ ਗੱਲ ਸੁਣ ਨਾ ਮੇਰੀ ਇੱਥੇ ਮਜ਼ਾਕ ਚ ਵੀ ਨਾ ਆਈ ਇੱਥੇ ਮਜ਼ਾਕ ਚ ਵੀ ਨਹੀਂ ਲੜਾਈ ਹੋਈ ਨੀ ਲੜਾਈ ਮੈਂ ਆਪਣੇ ਬਹੁਤ ਚੇਤੇ ਆਉਂਦੀ ਹੈ ਤੇਰੀ ਪੈ ਗਈ ਤੂੰ ਹਾਂ ਵੀ ਸਾਲੋ ਫੋਲੋ ਤਾਂ ਕਰ ਲਓ ਕਿਉਂ ਲੜਾਈ ਕਰ ਫੋਲੋ ਮੇਰਾ ਕਿੱਦਾਂ ਪਿਆ ਕੀ ਬੋਲਦਾ ਮੈਂ ਉਹ ਮੈਨੂੰ ਦੇ ਮੈਨੂੰ ਫੋਲੋ ਕਰ ਮੈਨੂੰ ਫੋਲੋ ਕਰ ਓਏ ਮੈਨੂੰ ਫੋਲੋ ਕਰ ਨੂਬ ਸਾਲੇ ਬਸ ਲਾਸਟ ਮੈਚ ਮੈਚ ਆ ਕੋਈ ਵੀ I got supplies. ਮੇਰੇ ਕੰਮ ਹੋਰ ਕੋਈ ਨੀ ਰੱਖ ਲੈ ਜਮੀਨ ਲਾਣ ਲੱਗੀ ਮੇਰੇ ਕੋਲ ਮਾਂ ਹੈ ਮੈਂ ਬੈਗ ਲਾ ਸਕੂੰ ਪਾ ਦੀ ਆ ਵੇ ਮੀ ਜੀ ਆਈ ਗਾਟ ਸਪਲਾਈਜ਼ ਐਨੀਮੀਜ਼ ਅਹੈਡ ਕੋ ਬਸ ਬਸ ਮੈਂ ਆ ਗਿਆ ਮੇਰੇ ਰਸਤੇ ਫੋਰਮ ਅਪ ਔਨ ਮੀ ਉਹ ਜਾਓ ਯਾਰ ਜਾਓ ਜਾਓ ਬੰਦਾ ਬੁਲਾ ਰਿਹਾ ਤੁਸੀਂ ਜਾਂਦੇ ਨਹੀਂ ਮੇਰੇ ਕੋ ਮੇਰਾ ਭਰਾ ਸਮਾਨ ਹੈ ਨਹੀਂ ਸਮਾਨ ਹੈ ਨਹੀਂ ਕਿੱਥੇ ਪਿਆ ਚਲੋ ਮੈਂ ਆ ਗਿਆ ਮੈਂ ਤੁਹਾਨੂੰ ਨਹੀਂ ਰੂਮ ਵੀ ਲੱਭ ਜਿੰਦਾ ਉਹਦਾ ਨੂਬ ਕਿੱਥੇ ਆ ਆਸ਼ੂ ਚੱਲ ਉਹਦੇ ਕੋਲ ਮੇਰੇ ਕੋ ਆਪ ਕੋ ਕੱਢ ਦੀ ਲੈਟਸ ਗੋ ਨੂਬ ਕੋ ਬੰਦੇ ਆ ਨੂਬ ਲੰਮਾ ਪਿਆ ਹੋਇਆ ਮੈਂ ਜਾ ਰਹੀ ਮੇਰੇ ਮਗਰ ਆ ਰਹੀ ਹਾਂ 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 ਮੈਂ ਤੇਰੇ ਮਗਰ ਹੀ ਹਾਂ ਖਾ ਗਿਆ ਸਾਲਾ ਸਾਰਿਆਂ ਨੂੰ ਕੋਈ ਫਾਇਦਾ ਨਹੀਂ ਆਇਆ ਮਰ ਗਿਆ ਐਨੀਮੀਜ਼ ਅਹੈਡ ਮਿੱਟੀ ਆ ਕੰਮ I got supplies. Mark kar kithe hai bande tu kehnda main. Cross kar gaye. Bag hai nahi sadi bag hai nahi. Nahi dikhe nahi mainu. Ukro yaar kehi chalo main pagi le aana. Mainu 5 di ammo de do yaar. Main to lau. Please. ਮੇਰੇ ਕੋਲੋਂ ਲੈ ਲਓ ਮੇਰੇ ਕੋ ਪਾਣੀ ਦੀ ਕੋਈ ਗਨ ਹੈ ਨਹੀਂ ਐਮੋ ਤੇਰੀ ਹੈ ਆ ਜੋ M4 ਵੀ ਦੇ ਤੂੰ M4 ਗੇ ਦੀ ਤੇ ਕੋਈ ਸਾਰਾ ਲਈ ਹਾਂ ਹਾਂ ਸਾਰਾ ਲਈ ਬਥੇਰੀ ਕਹਿਤਾ 90 ਹੈ ਜਰਾ ਦੇ ਅੱਛਾ ਤੂੰ ਦਿੱਤੀ ਸੀ
ओके ओके आशु होने देगी मेनू एम फोर एक मिनट तो कोई यार कहीं पता नहीं गोली आज तो लगी नहीं मेरे पानी का बहुत बंदा मर वो कल्ला ही तुरया साला अरे गंगा की ओ भाई ਆ ਥੱਲੇ ਦੇਖ ਲੈ ਸਵਿਮਿੰਗ ਪੂਲ ਚ ਜੇ ਕਿਸੇ ਨੂੰ ਕੁਝ ਚਾਹੀਦਾ ਹੈ ਵੀ ਮੈਨੂੰ ਗੋਲੀਆਂ ਦੇ ਦਿਓ ਫਿਰ ਯਾਰ ਮਾਤਾ ਨੂੰ ਮਨਾ ਕਰਨਾ ਕਿਹੜੀ ਕਿਹੜੀ ਇਹਨਾਂ ਨੂੰ M762 ਨਾ ਸਿਰਫ ক্লোਜ਼ ਫਾਈਟ ਲਈ ਯੂਜ਼ ਕਰੀ ਬਹੁਤ ਦੂਰੋਂ ਦੀ ਨਾ ਮਾਰੀ ਰੀਕੋਇਲ ਬਹੁਤ ਜ਼ਿਆਦਾ ਸਾੜੀ ਦੀ ਉਹ ਵੀ P90 ਯੂਜ਼ ਕਰਦਾ ਜਿਹੜੀ ਮੈਂ ਆ ਗਈ ਤੇਰੀ ਕੱਲ ਮੈਂ ਸੈਟਿੰਗ ਕਰਕੇ ਦਊਂਗਾ ਤੈਨੂੰ ਉਹ ਤੂੰ ਵੀ ਮੰਗਾ ਲੈ ਟ੍ਰਿਗਰ ਮੰਗਾ ਲੈ ਮੇਰੇ ਵਾਂਗੂ आशु बढ़िया प्लेयर है चल चल तो मेरे को 4-10 स्कोप या चाहिए था किसी ने मेनू 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 कोई कभी नहीं है चल तू ले ले आ जा ले लग लेना ओए आशु 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 आई गॉट सप्लाइज ये लिख ही मेनू इधर नाली 4-10 स्कोप छोड़ देता मैं चक ले कोई नहीं ਬੰਦਾ ਭਾਵੇਂ ਉਹ ਛੱਡ ਦਵੀ ਨਾ ਸਬਸਕ੍ਰਾਈਬ ਕਰਵਾ ਯਾਰ ਲੋਕਾਂ ਕੋਲੋਂ ਸੁਪਰੇਸ਼ਨ ਆ ਲੈ ਲੈ ਉਹ ਦਵਿੰਦ ਤੇ ਕੋ ਦਵਿੰਦ ਦਵਿੰਦ ਤੇ ਕੋ ਲੈਪਟਾਪ ਹੈਗਾ ਹੈਗਾ ਲੈਪਟਾਪ ਹੈਗਾ ਅੱਛਾ ਹਾਂ ਉਹ ਯਾਰ ਲੈ ਕੇ ਆਈ ਸ਼ਾਇਦ ਮੈਂ ਲੋਡ ਪੈਣੀ ਤੇਰੇ ਲੈਪਟਾਪ ਦੀ ਤੇ ਮੈਂ ਦੱਸੂਗਾ ਜੀ ਲੋਡ ਪਈ ਕੱਲ ਆਪਾਂ ਤਾਂ ਮੈਨੂੰ ਲੱਗਦਾ ਇਹ ਵੀ ਕੰਮ ਗੱਲ ਸੁਣੋ ਆਫਿਸ ਲੈ ਮੈਂ ਆਉਂਗਾ ਆਫਿਸ ਯੂਜ਼ ਲਈ ਆ ਸਾਹਿਬ ਨੇ ਉਹ ਨਹੀਂ ਮੋਜ਼ੇਲਾ ਹੈਗਾ ਵਿੱਚ ਮੋਜ਼ੇਲਾ ਫਾਇਰਵਾਕ ਨਹੀਂ ਇੰਸਟਾਲ ਕਰ ਲਿਆ ਬਸ ਉਹ ਹੀ ਚਾਹੀਦਾ ਮੈਨੂੰ ਅਗਲੇ ਵੀਕਐਂਡ ਆ ਫਰਾਈਡੇ ਲਈ ਆਉਂਗਾ ਮੈਂ ਫਾਲ ਬੈਕ ਟੂ ਸੇਫ ਜ਼ੋਨ ਕਿਦਾਂ ਫਰਾਈਡੇ ਲਈ ਆਉਂਗਾ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਨਾ ਕੋਈ ਨਹੀਂ ਨਹੀਂ ਸੈਟਰਡੇ ਸੰਡੇ ਨਹੀਂ ਚਾਹੀਦਾ ਮੈਨੂੰ ਕੋਈ ਨਹੀਂ ਉਹ ਤਾਂ ਹੋਵੇ ਹੋਵੇ ਉਹ ਸਾਲਿਓ ਓ ਯਾਰ ਮੈਂ ਉਹਨੂੰ ਮਾਰਨ ਲੱਗਾ ਮੇਰਾ ਫੋਨ ਹੀ ਹੈਂਗ ਹੋ ਜਾਂਦਾ ਯਾਰ ਇਹ ਵਾਲਾ ਇਹ ਮੈਨੂੰ ਨਾ ਹੁਣ ਗੁੱਸਾ ਆਉਣ ਲੱਗ ਪਿਆ ਆਈਫੋਨ ਤੇ ਅਜੀ ਮੈਨ ਦੇ ਦੋ ਮੇਰਾ ਵਾਲਾ ਲੈ ਲਓ ਜੀ ਨਹੀਂ ਯਾਰ ਜਦ ਹੀਟ ਬਹੁਤ ਹੋ ਜਾਂਦਾ ਉਹ ਤਾਂ ਉਹਨਾਂ ਨੇ ਦੇਖ ਲਿਆ ਜਿੱਥੇ ਮੈਂ ਗਾ ਉੱਥੇ ਲੰਮਾ ਪਿਆ ਨੂਬ ਜਿਹਾ ਯਾਰ ਮੈਂ ਸ਼ੂਟ ਕਰਨ ਹੀ ਲੱਗਾ ਮੇਰਾ ਭੈਣ ਚ ਉਹਨਾਂ ਮਾਰਤਾ ਆਰਾਮ ਨਾਲ ਜਾਣਾ ਯਾਰ ਉਹਨੇ ਬਹੁਤ ਬਹੁਤ ਲੱਲੂ ਪਲੇਅਰ ਆ ਤੁਸੀਂ ਵਾਟਰਪੂਲ ਤੇ ਪਏ ਆ ਪੋਤ ਹੁੰਦਾ ਹੈ ਸੀ ਕਿਦਾਂ ਤੁਸੀਂ ਵਾਟਰਫਾਲ ਕੋ ਵੀ ਕਰ ਰਹੇ ਸੀ ਆਪਾਂ ਉੱਥੇ ਤਾਂ ਪਹਿਲਾਂ ਲੂਟ ਕੀਤੀ ਸੀ ਵੀ ਦੁਬਾਰਾ ਉੱਤੇ ਤੁਸੀਂ ਭੈਣ ਚੋ ਇੱਧਰ ਆ ਗਏ ਸੀਗੇ ਮੈਨੂੰ ਪਤਾ ਹੀ ਨਹੀਂ ਉਹ ਯਾਰ ਬੰਦਾ ਆਰਾਮ ਨਾਲ ਲੰਮਾ ਪਿਆ ਤਾਂ ਲਾਈਵ ਦੇਖਿਓ ਭੈਣ ਚੋ ਉਹ ਬੰਦਾ ਆਰਾਮ ਨਾਲ ਲੰਮਾ ਪਿਆ ਤਾਂ ਉਹਨੂੰ ਮਾਰਨ ਲੱਗਾ ਸੀਗਾ ਬਿਲਕੁਲ ਆਰਾਮ ਨਾਲ ਲੰਮਾ ਪਿਆ ਸੀ ਭੈਣ ਚੋ ਕਹਿ ਲਓ ਕਿਸਮਤ ਖਰਾਬ ਸਾੜੀ ਆ ਯਾਰ ਮਨ ਵੀ ਹੈ ਨਹੀਂ ਘਰ ਚ ਕਲੇਸ਼ ਪੈ ਗਿਆ ਹਟਿਆ ਫੋਰਮ ਅਪ ਔਨ ਮੀ ਹੋਰ ਉਹੀ ਕੁਸੀਆਂ ਗੱਲਾਂ ਮੇਰੇ ਵਾਚ ਆਊਟ ਬਾਪੂ ਨਹੀਂ ਆ ਰਿਹਾ ਘਰ ਚ ਰਹਿਣ ਦਾ ਕਰਾਇਆ ਵੀ ਰੈੱਡ ਹੁਣ ਮਿਲ ਜਣਾ ਫਿਰ ਤਾਂ ਹੋ ਜੇ ਵੇਲੀ ਗਿਆ ਹੀ ਅਸ਼ੂ ਮਾਰ ਕਰ ਦੇ ਅਗਰ ਕੋਈ ਨਾ ਮੈਂ ਵੀ ਮੀਨਾ ਵੀ ਹੋਈ ਆ ਮੈਂ ਵੀ ਕਹਾਣੀ ਦੱਸੂਗਾ ਤੁਹਾਨੂੰ ਮਿਲ ਲਾ ਪਰਸੋਂ ਮਿਲ ਲਾ ਨਹੀਂ ਯਾਰ ਮੈਂ ਸੱਚੀ ਦੱਸਾਂ ਜੇ ਮੈਨੂੰ ਹੁਣ ਹੋਵੇ ਨਾ ਮੈਂ ਬਾਪੂ ਨੂੰ ਕਰਾਇਆ ਕੀ ਭੈਣ ਚੋ ਤੋ ਸਭ ਦੇ ਦਵਾਂ ਮੂੰਹ ਤੇ ਮਾਰਾਂ ਇਹਦਾ ਪੈਗਾ ਮੈਨੂੰ ਨਫ਼ਰਤ ਆ ਐਵੇਂ ਕਰਾਇਆ ਦੇ ਰੋਸ ਮੈਂ ਤਾਂ ਅੱਧਾ ਮੈਂ ਸੱਚੀ ਕਹਾਂ ਮੈਂ ਇੰਨਾ ਫਰਸਟ੍ਰੇਟ ਆ ਨਾ ਇੰਨਾ ਫਰਸਟ੍ਰੇਟ ਆ ਜੇ ਥੋੜਾ ਚਿਰ ਹੋਰ ਰਿਹਾ ਨਾ ਸਾਈਡ ਸਾਈਡ ਕਰ ਲੈਣ ਤੇ ਲੈ ਕੇ ਜਾਣਾ ਕਰਨ ਦੀ ਸਾਈਡ ਸੱਚੀ ਯਾਰ ਬਹੁਤ ਦਿਮਾਗ ਖਰਾਬ ਆ ਆਸ਼ੂ 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 ਲੁੱਕ ਆਸ਼ੂ ਉੱਪਰ ਲੰਬਾ ਪਿਆ ਆਸ਼ੂ 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 ਲੁੱਕ ਰੁੱਕ ਜਾ ਲੁੱਕ ਜਾ ਇੱਥੇ ਰੁੱਕ ਜਾ ਇੱਥੇ ਰੁੱਕ ਜਾ ਰੁੱਕ ਜਾ ਰੁੱਕੋ 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 ਦਵਿਨ ਬੈ ਦਵਿਨ ਬੈ ਮੈਂ ਤੈਨੂੰ ਦੱਸਦਾ ਜਿੱਥੇ ਮੈਂ ਮਰਿਆ ਨਾ ਫਾਲ ਬੈਕ ਟੂ ਸੇਫ ਜ਼ੋਨ ਤੇ ਮੈਂ ਮਰਿਆ ਨਾ ਉੱਥੇ ਉਹਦੇ ਉਹਦੇ ਉੱਤੇ ਲੰਮਾ ਪਿਆ ਫਾਲ ਬੈਕ ਟੂ ਸੇਫ ਜ਼ੋਨ ਉਹਦੇ 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 ਉੱਤੇ ਲੰਮਾ ਪਿਆ ਫਾਲ ਬੈਕ ਟੂ ਸੇਫ ਜ਼ੋਨ ਹੋ ਰਿਹਾ ਬਸ ਆਸ਼ੂ ਜਾ ਹੁਣ ਜ਼ੋਨ ਫਾਲ ਬੈਕ ਟੂ ਸੇਫ ਜ਼ੋਨ
ਮੇਰੀ ਮੌਤ ਦਾ ਬਦਲਾ ਦੇਗਾ ਤੇਰਾ ਭੂਸਾ ਜਿਹਾ ਪਲੇਅਰ ਸੀ ਫਾਲ ਬੈਕ ਟੂ ਸੇਫ ਜ਼ੋਨ ਬਦਲਾ ਲੇਗਾ ਰੇ ਤੇਰਾ ਦਵੇ ਜੋਦੀ 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 ਫਾਲ ਬੈਕ ਟੂ ਸੇਫ ਜ਼ੋਨ ਅਸੀਂ ਦੌੜ ਕੇ ਨਿਕਲ ਸਕਦੇ ਸੀ ਕਿਤੇ ਸੀ ਨਵੀਨ ਆ ਜਾਏਗਾ ਤੂੰ ਜਾ ਆਪਣਾ ਦਵਿਨ ਤੈਰ ਕੇ ਨਾ ਜਾ ਉੱਤੋਂ ਦੀ ਜਾ ਦਵਿਨ ਪਾਣੀ ਦੇ ਉੱਤੋਂ ਬਾਹਰ ਆ ਜਾ ਦਵਿਨ ਪਾਣੀ ਦੌੜ ਕੇ ਜਾ ਦੌੜ ਕੇ ਹੋ ਲੈ ਗਿਆ ਕੌਣ ਗਿਆ ਤੂੰ ਵੀ ਦਵਿਨ ਹੋ ਲੈ ਓਹੋ ਦੋ ਬੰਦੇ ਆ ਪਾਣੀ ਦੇ ਵਿੱਚ ਜਾ ਕੇ ਮਾਰ ਪਾਣੀ ਦੇ ਵਿੱਚ ਜਾ ਕੇ ਮਾਰ ਵੈਰੀ ਗੁੱਡ ਵੈਰੀ ਗੁੱਡ ਇਹਨਾਂ ਦਾ ਕਿਲ ਨਾ ਆਉਂਦੇ ਨਿਕਲੂਗੇ ਆਉਦੇ ਆਉਦੇ ਜ਼ੋਨ ਕਿੱਥੇ ਬਣਿਆ ਉਹਨੇ ਆਣਾ ਹੈ ਇਹਨੂੰ ਨਿਗਰ ਕੀ ਨਹੀਂ ਉਹ ਜ਼ੋਨ ਦੇ ਬਾਹਰ ਹੀ ਆਊਗਾ ਫਾਲ ਬੈਕ ਟੂ ਸੇਫ ਜ਼ੋਨ ਬਹੁਤ ਦੂਰ ਬਣਾ ਲੈਟਸ ਗੋ ਗੱਡੀ ਸਰਚ ਫॉर ਵਹੀਕਲਸ ਬਈ ਤੁਸੀਂ ਉਹ ਨਹੀਂ ਬੋਲਦਾ ਮੈਂ ਉਹਨੂੰ ਸੁਣਦਾ ਪਿਆ ਆ ਥੋੜੀ ਨਿਗਰ ਰੱਖੇ ਤੇ ਗੱਡੀ ਮਿਲਣ ਦੇ ਚਾਂਸਸ ਹੁੰਦੇ ਆ ਸੜਕ ਦੇ ਕੋਲ ਨਿਗਾਹ ਰੱਖੀ ਬਸ ਆਉਦੇ 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 ਗੱਡੀ ਹੋ ਰਹੀ ਗੱਡੀ ਉਹ ਤੇ 100 ਰੁਪਈਏ 100 ਕੁ ਰੁਪਈਆ ਹੋਣਾ ਇਹ ਨਾਮ ਦਵਿਨ ਇੱਕ ਮਿੰਟ ਕੋ ਹਾਂ ਹਾਂ ਹੋ ਚਤਲ ਮਾ ਚਲ ਲੈ ਮਾਰ ਲਓ ਮਾਰ ਲਓ ਕਿਸਮਤ ਸੜਕ ਤੇ ਨਿਗਾਹ ਰੱਖ ਮੈਂ ਤੁਹਾਨੂੰ ਦੱਸੀ ਜਾਣਾ ਖੱਬੇ ਰੱਖ ਹਲਕਾ ਜਾ ਜੋਨ ਬਹੁਤ ਹੀ ਦੂਰ ਬਣਾਇਆ ਸਾਰਾ ਮੈਨੂੰ ਲੱਗਦਾ ਸਾਰੇ ਜ਼ੋਨ ਦੇ ਬਾਹਰ ਹੀ ਮਰ ਜਾਣੇ ਮੈਂ ਮੂਵੀ ਚ ਨਾ ਬੱਗ ਆਇਆ ਪਿਆ ਯਾਰ ਕਿਹੜਾ ਆਹੀ ਵਾਲਾ ਭੈਣ ਜੋ ਜ਼ੋਨ ਆ ਉਹਦੇ ਜ਼ੋਨ ਦੇ ਕਿੱਦਾਂ ਬਣਦਾ ਇਹਦਾ ਜ਼ੋਨ ਮਤਲਬ ਬਲੂ ਜ਼ੋਨ ਅੰਦਰ ਹੀ ਜ਼ੋਨ ਬਣ ਜਾਂਦਾ ਉਹ ਅੱਛਾ ਯਾਰ ਮੈਨੂੰ ਇਹ ਮੈਨੂੰ ਤਾਂ ਇਹ ਸਮਝਾਓ ਮੈਪ ਦੇ ਵਿੱਚ ਦੋ ਰੈੱਡ ਜ਼ੋਨ ਆਉਂਦੇ ਨੇ ਯਾਰ ਮੈਂ ਦੱਸਦਾ ਉਹ ਜਿਹੜਾ ਰੈੱਡ ਜ਼ੋਨ ਹੈ ਨਾ ਉਹ ਜਿਹੜੀ ਇਹਨਾਂ ਨੇ ਕਿੰਗ ਕੌਂਗ ਵਾਲੀ ਨਹੀਂ ਰੱਖੀ ਵੀ ਉਹ ਆ ਅੱਛਾ ਆਹ ਦੇਖੋ ਇੱਕ ਨਵਾਂ ਮੈਪ ਮੈਪ ਖੋਲੋ ਆਪਣਾ ਮੈਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਨਾ ਮਾਰਕ ਦਾ ਆਪਸ਼ਨ ਹੈ ਨਾ ਉਹ ਦੇਖੋ ਮੈਂ ਨਾ ਇੱਕ ਮਾਰਕ ਬਣਾਇਆ ਕਿ ਪਹਿਲੇ ਇੱਥੇ ਜਾਵਾਂਗੇ ਫਿਰ ਮਿਡਸਟ੍ਰੀਮ ਮਿਡਸਟ੍ਰੀਮ ਤੋਂ ਈਸਟਪੋਰਟ ਈਸਟਪੋਰਟ ਤੋਂ ਆਈਸਬਰਗ ਆਈਸਬਰਗ ਤੋਂ ਇਹ ਇੱਦਾਂ ਦੇਖਦੇ ਵੀ ਰੂਟ ਬਣਿਆ ਪਿਆ ਉੱਪਰ ਹਾਂ ਇਹਨੂੰ ਬਣਾਉਣਾ ਆ ਗਿਆ ਇਹ ਰੂਟ ਬਣਾ ਕੇ ਆਪਾਂ ਗੇਮ ਪਲੇ ਕਰ ਸਕਦੇ ਹਾਂ ਹੁਣ ਘਰ ਚਿਕਨ ਲੈ ਮੈਂ ਸਲਾਹ ਦਿੰਦਾ ਇਹਨੂੰ ਘਰ ਦੇ ਅੰਦਰ ਹੀ ਵੜ ਜਾ ਅਸੀਂ ਨਾ ਕੱਲ ਤੂੰ ਚੱਲ ਇੱਕ ਬਰਗਰ ਨੀ ਕਹਿੰਦੇ ਇੱਕ ਜਗ੍ਹਾ ਟੇਕ ਮਿਲਦਾ ਜਾਂ 100 ਰੁਪਏ ਦਾ ਸਾਲਾ ਜੇ ਤਾਂ ਉਹ ਸਹੀ ਚੀਜ਼ ਹੋਈ ਠੀਕ ਹੈ ਨਹੀਂ ਤਾਂ ਬਣਾਵਾਂਗੇ
ਕੱਲ ਨਹੀਂ, ਕੱਲ ਮੰਗਲਵਾਰ ਆ, ਮੈਂ ਖਾਣਾ ਨਹੀਂ। ਚੱਲ ਅਸੀਂ ਖਾ ਕੇ ਤੈਨੂੰ ਦੱਸ ਦਾਂਗੇ ਕਿੱਦਾਂ ਦਾ। ਆਹੋ ਵੈਨਸਡੇ ਨਹੀਂ ਤਾਂ ਘਰ ਬਣਾਈਓ, ਜਿੱਦਾਂ ਨਹੀਂ ਵੈਨਸਡੇ ਨੂੰ ਸੈਟਰਡੇ ਨੂੰ ਬਣਾ ਲਾਂਗੇ। ਇਹਦੀ ਟੀਮ ਨੂੰ ਬਚਾਉਣ ਆਏਗੀ। ਨਾ ਕਰ ਨਾ ਕਰ ਨਾ ਕਰ, ਇਹਦੀ ਟੀਮ ਨੂੰ ਬਚਾਉਣ ਆਏਗੀ। ਆਪਾਂ ਇੱਥੋਂ ਗੱਡੀ ਫੜ ਕੇ ਅੰਦਰ ਵੜ ਜਾ, ਨਹੀਂ 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 ਮਾਰ ਦਿੱਤਾ ਉਹਨੂੰ, ਮਤਲਬ ਉਹ ਵਾਲੀ ਟੀਮ ਆਲ ਡੈਡ ਆ। ਮੈਂ ਕਿਹਾ ਯਾਰ ਮੈਂ ਬਹੁਤ ਜ਼ਿਲਾ ਦਾ ਦੇਣਾ ਹੋ, ਮੈਂ ਆਪਣਾ ਇੱਕ ਮਿੰਟ ਇਹਦੇ 'ਚ ਨਹੀਂ ਦਿਖਦਾ ਤੈਨੂੰ। ਕੱਲ੍ਹ ਬਸ ਦੋ ਹੋਰ ਆ, ਬਿਨਰ ਬਿਨਰ ਚਿਕਨ ਪਿਆ ਹੋਣਾ ਉਹਦੀ, ਇਹਨੇ ਟੀਮ ਖਾ ਲਈ। ਬਸ 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 ਇਹਨੂੰ ਬਚਾਉਣ ਆਉਣਾ ਉਹਨੇ। ਹੋ ਗਿਆ ਲਾਸਟ ਚਿਕਨ ਲੈ ਰਿਹਾ ਯਾ ਹੋ ਗਿਆ। ਥੋੜੀ ਤੁਸੀਂ ਵੀ ਨਿਗਾਹ ਰੱਖੋ ਆਸ ਪਾਸ ਮੁੰਡਿਓ। ਯਾਰ ਇਹ ਕੀ ਹੋਣ ਲੱਗ ਗਿਆ, ਗ੍ਰੀਨ ਜ਼ੋਨ ਦੇ ਵਿੱਚ ਉਹ ਬਣਨ ਲੱਗ ਗਿਆ ਹੁਣ ਸਰਕਲ। ਟਾਪਣਾ ਸਾਲਾ ਚਤਲਾ ਤੇ ਗੋਲੀਆਂ ਮਾਰੇਗਾ ਉਹ। ਉਹ ਦੇ ਹਾਂ ਇਹੀ ਮੈਂ ਤੈਨੂੰ ਕਿਹਾ ਪ੍ਰੋਬਲਮ ਆਈ ਸੀ। ਬਿਨਰ ਬਿਨਰ ਚਿਕਨ ਡਿਨਰ, ਨੌ ਬੰਦਿਆਂ ਦਾ ਡੈਮੇਜ ਦਿੱਤਾ ਤੇ ਦਸਵਾਂ ਬੰਦਾ ਅੱਧ ਮਰਿਆ। ਹਾਂ ਠੀਕ ਆ ਸਾਲਾ, ਤੂੰ ਵੱਧ ਤੋਂ ਵੱਧ ਓਏ ਆਪਣੇ ਯਾਰ ਦੋਸਤਾਂ ਨੂੰ ਕਹੀ ਅੱਜ ਤੋਂ ਫੁਕਰਾ ਸਾਲਾ, ਤੈਨੂੰ ਕੱਲ ਤੋਂ ਬਣਨਾ। ਰਮਨ ਦਾ ਬੈਸਟਫ੍ਰੈਂਡ ਹੈ ਓਏ, ਹੈਪੀ ਬਣਾ ਲਿਆ ਅੰਬਰਸਰ ਜਾਣ ਦਾ ਪ੍ਰੋਗਰਾਮ, ਮੱਥਾ ਟੇਕ ਕੇ ਆਉਂਦੇ ਹਾਂ। ਚਲੋ ਵੀ ਚੰਗਾ ਵੀ, ਜਿਨ੍ਹਾਂ ਨੇ ਪੂਰਾ ਲਾਈਵ ਦੇਖ ਲਿਆ ਸਾਡਾ ਲਾਈਵ ਕਹਿੰਦਾ ਪਿਆ ਭੈਣ ਚੋ ਪ੍ਰੀਮੀਅਰ, ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਫੋਲੋ ਕਰੋ। ਅੱਛਾ ਇੱਕ ਗੱਲ ਦੱਸੋ ਮਾੜਾ, ਟਾਈਪ ਕਰਕੇ ਕਿੰਨੇ ਵਜੇ ਦਾ ਰੱਖੀਏ ਪ੍ਰੀਮੀਅਰ? ਰਾਤ 12 ਵਜੇ ਦਾ ਰੱਖਦੀ ਹੈ ਕਿ ਕੱਲ੍ਹ ਸਵੇਰ ਦਾ? ਸਵੇਰੇ 12, ਦੁਪਹਿਰੇ 12 ਵਜੇ ਦਾ? ਵੈਸੇ ਕੱਲ੍ਹ ਬਿਜ਼ੀ ਹੋਣੇ, ਜਾਂ ਤਾਂ ਕੱਲ੍ਹ ਸ਼ਾਮ ਦਾ ਰੱਖੀਏ। 8 ਵਜੇ ਦਾ ਰੱਖਦੀ ਹੈ ਕੱਲ੍ਹ ਸ਼ਾਮ ਦਾ? ਹੈਲੋ, ਹਾਂ ਮੈਂ ਕਿਹਾ ਕੱਲ ਕਿੰਨੇ ਵਜੇ ਟੈਲੀਕਾਸਟ ਕਰੀਏ? 10 ਵਜੇ 8 ਵਜੇ ਕਦੋਂ ਕਰੀਏ? 10 ਵਜੇ ਕਰ ਲੈਣੇ, ਕੱਲ ਸ਼ਾਮੀ 10 ਵਜੇ ਦਾ ਟੈਲੀਕਾਸਟ ਰੱਖ ਦਿੰਦੇ ਆ, ਹੈਨਾ? 10 ਵਜੇ ਜਨਤਾ ਵਿਹਲੀ ਹੁੰਦੀ ਆ, ਦੇਖ ਲੇਗੀ। ਚਲੋ ਠੀਕ ਆ ਵੀ, ਮੇਰੇ ਵੱਲੋਂ ਵੀ ਆਈ ਕੁਛ। ਨਿਕਲ ਜਾ ਸਾਲਾ, ਹੁਣ ਬੇਇੱਜ਼ਤੀ ਕਰਾ ਕੇ ਜਾਣਾ। ਚੱਲ ਠੀਕ ਆ, ਕੁਛ ਨਾ ਬੋਲੀ, ਰਿਕਾਰਡਿੰਗ ਹੋ ਰਹੀ ਆ।